ਹਾਂ ਦੋਸਤੋ ਪੰਜਾਬੀ ਮੰਚ ਲਾਈਵ ਯੂਐਸ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਸਾਡੇ ਇਟਲੀ ਤੋਂ ਦੋਸਤ ਜਿਹੜੇ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਲ ਸੰਬੰਧਿਤ ਹਨ ਉਹ ਸ਼ਾਮਿਲ ਹੋ ਰਹੇ ਨੇ ਅੱਜ ਉਹਨਾਂ ਦਾ ਪਹਿਲਾ ਦਿਨ ਹੈ ਤੇ ਹੋ ਸਕਦਾ ਸਾਡੇ ਕੋਲੋਂ ਕੁਛ ਗੱਲਾਂ ਵਿੱਚ ਕੁਛ ਖਲਾਮੀਆਂ ਰਹਿ ਜਾਣ ਤੇ ਅਗਲੀ ਵਾਰੀ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਪਿਛਲੇ 10 ਕੁ ਮਿੰਟ ਤਕਰੀਬਨ ਸੈਟਿੰਗ ਕਰਦੇ ਨੂੰ ਲੱਗ ਰਿਹਾ ਤੇ ਮੇਰਾ ਖਿਆਲ ਤੁਸੀਂ ਇਸ ਗੱਲ ਲਈ ਸਾਨੂੰ ਖਿਮਾ ਕਰੋਗੇ ਤੇ ਹੁਣ ਮੈਂ ਮਾਈਕ ਆਪਣੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਦੋਸਤਾਂ ਦੇ ਹਵਾਲੇ ਕਰਦਾ ਤਾਂ ਕਿ ਉਹ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਹਾਂਜੀ ਚਾਲ ਸਾਹਿਬ ਹੁਣ ਮਾਈਕ ਤੁਹਾਡੇ ਹਵਾਲੇ ਆ ਤੇ ਤੁਸੀਂ ਇੰਟਰੋਡਕਸ਼ਨ ਤੋਂ ਸ਼ੁਰੂ ਕਰਾ ਦਿਓ ਬਾਕੀ ਸੰਚਾਲਨ ਉਹ ਤੁਸੀਂ ਕਰਨਾ ਪੰਜਾਬੀ ਮੰਚ ਲਾਈਵ ਟੀਵੀ ਯੂਐਸਏ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਅੱਜ ਸਾਡਾ ਪ੍ਰੋਗਰਾਮ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਪ੍ਰੋਗਰਾਮ ਆਪਣੇ ਪ੍ਰੋਗਰਾਮ ਵਿੱਚ ਪੇਸ਼ ਕਰਕੇ ਸਾਨੂੰ ਧੰਨਵਾਦੀ ਬਣਾ ਰਹੇ ਹਨ ਤੇ ਅੱਜ ਸਾਡੀ ਇਟਲੀ ਦੀ ਸਾਹਿਤ ਸੁਰ ਸੰਗਮ ਸਭਾ ਦੇ ਸਭ ਮੈਂਬਰ ਅੱਜ ਹਾਜ਼ਰ ਨੇ ਸਾਡੇ ਵਿੱਚ ਜਿਹਨਾਂ ਦੇ ਵਿੱਚ ਸਾਡੇ ਕੋਲ ਸਾਹਮਣੇ ਬੈਠੇ ਹਨ ਸੁਰਿੰਦਰ ਜੀ ਜਿਨ੍ਹਾਂ ਦੇ ਨਾਲ ਰਾਣਾ ਖੋਲਾ ਉਹਨਾਂ ਦੇ ਨਾਲ ਰਾਜੂ ਕਟੂਰੀਆ ਉਹਨਾਂ ਦੇ ਪਿੱਛੇ ਬੈਠੇ ਹਨ ਮਾਨੇ ਰਣਜੀਤ ਗਰੇਵਾਲ ਗਾਇਕ ਮਕਲੇ ਕੁਮਾਰ ਗਾਇਕ ਰਵਿੰਦਰ ਸੰਨੜ ਗੀਤਕਾਰ ਸੋਨੀ ਲਿਤਰਾਵਾਲ ਬਿੰਦੂ ਕਟੂਰ ਸਾਬਰ ਅਲੀ ਜੀ ਤੇ ਹੋਰ ਪ੍ਰਕਾਸ਼ ਸਿੰਘ ਬਰਾੜ ਤੇ ਮਨਜੀਤ ਸਿੰਘ ਸਿੱਧੂ ਮੈਂਬਰ ਅੱਜ ਇੱਥੇ ਇਕੱਠੇ ਹੋਏ ਹਨ ਸੋ ਅੱਜ ਅਸੀਂ ਛੋਟਾ ਜਿਹਾ ਪ੍ਰੋਗਰਾਮ ਆਪਣੀ ਸਭਾ ਦੇ ਵੱਲੋਂ ਪੰਜਾਬੀ ਮੰਚ ਯੂਐਸਏ ਨੂੰ ਲੈਣ ਜਾ ਰਹੇ ਹਾਂ ਤੇ ਇਸ ਵਾਰੀ ਮੈਂ ਦੁਬਾਰਾ ਫਿਰ ਪੰਜਾਬੀ ਮੰਚ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਬੋਲੀ ਦੀ ਵਿਦੇਸ਼ਾਂ ਵਿੱਚ ਬਹਿ ਕੇ ਵੀ ਬਰਾਬਰ ਸੇਵਾ ਕਰਦੇ ਆ ਰਹੇ ਹਨ ਜਿਹਨਾਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਆਪਣੀ ਸਭਾ ਦੇ ਉਪ ਪ੍ਰਧਾਨ ਰਾਣਾ ਫੌਲਾ ਜੀ ਨੂੰ ਆਖਾਂਗਾ ਕਿ ਦੋ ਸ਼ਬਦ ਜ਼ਰੂਰ ਬੋਲਣ ਹਾਂਜੀ ਫੌਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਇਹ ਵਾਲਾ ਮੌਕਾ ਬਖਸ਼ਿਆ ਸਾਡੀ ਸਾਰੀ ਸਮੁੱਚੀ ਟੀਮ ਤੁਸੀਂ ਪਹਿਲਾਂ ਤਾਂ ਕੁਛ ਥੋੜਾ ਥੋੜਾ ਬਣ ਕੇ ਦਿਖਾਓ ਨਾ ਸਾਰਿਆਂ ਨੂੰ ਸਾਰਿਆਂ ਦੀ ਕੁਛ ਨਾ ਕੁਛ ਥੋੜੀ ਬਹੁਤੀ ਸਵਾਲ ਜਵਾਬ ਦਾ ਤਾਂ ਆਪਾਂ ਕੋਈ ਏਦਾਂ ਦੀ ਤਿਆਰੀ ਨਹੀਂ ਕੀਤੀ ਤੁਸੀਂ ਆਪਣੀ ਸਭਾ ਬਾਰੇ ਚਾਨਣਾ ਪਾਓ ਵੀ ਕਦੋਂ ਸਭਾ ਸ਼ੁਰੂ ਹੋਈ ਸਾਰਾ ਦੱਸੋ ਇਹਦੀ ਹਿਸਟਰੀ ਬਾਰੇ ਤੇ ਫਿਰ ਸਾਰੇ ਸੱਜਣਾਂ ਵੱਲੋਂ ਕੋਈ ਨਾ ਕੋਈ ਆਪਣਾ ਨਮੂਨਾ ਕੋਈ ਕਵਿਤਾ ਕੋਈ ਬਾਣੀ ਕੋਈ ਚੀਜ਼ ਪੇਸ਼ ਕਰੋ ਹਾਂਜੀ ਸਭਾ ਦੇ ਬਾਰੇ ਮੈਂ ਬਾਹਲੇ ਲੰਬੇ ਸ਼ਬਦਾਂ ਵਿੱਚ ਨਹੀਂ ਚਾਰ ਸ਼ਬਦਾਂ ਦੇ ਵਿੱਚ ਦੱਸ ਦਿੰਦਾ ਹਾਂ ਕਿ ਸਭਾ ਨੂੰ ਅੱਜ ਤੋਂ ਕੋਈ 3 ਸਾਲ ਪਹਿਲਾਂ ਇਟਲੀ ਵਿੱਚ ਵੱਸਦੇ ਪੰਜਾਬੀ ਸ਼ਾਇਰਾਂ ਨੇ ਪੰਜਾਬੀ ਕਵੀਆਂ ਨੇ ਤੇ ਲੇਖਕਾਂ ਨੇ ਸ਼ੁਰੂ ਕੀਤਾ ਸੀ ਇਸ ਦਾ ਮੁੱਖ ਉਪਰਾਲਾ ਇਹ ਸੀ ਕਿ ਜੋ ਇਟਲੀ ਦੇ ਵਿੱਚ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲੇ ਲੋਕ ਹਨ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਇੱਕ ਮੰਚ ਤੇ ਇਕੱਠਾ ਕਰਕੇ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਸੇਵਾ ਕੀਤੀ ਜਾਵੇ ਇਸ ਵਾਸਤੇ ਜੋ ਪਹਿਲਾ ਉਪਰਾਲਾ ਕੀਤਾ ਗਿਆ ਸੀ ਉਸਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੇ ਪ੍ਰਧਾਨ ਸਨ ਉਹ ਪ੍ਰਭਜੀਤ ਨਰਵਾਲ ਬਹੁਤ ਵਧੀਆ ਗੀਤਕਾਰ ਤੇ ਲੇਖਕ ਸਨ ਉਹ ਅੱਜ ਕੱਲ੍ਹ ਕੈਨੇਡਾ ਵਿੱਚ ਪ੍ਰਵਾਸ ਕਰ ਰਹੇ ਹਨ ਹਾਂਜੀ ਉਹਨਾਂ ਦੇ ਨਾਲ ਸਭਾ ਦੇ ਜਨਰਲ ਸਕੱਤਰ ਜੋ ਕਿ ਅੱਜ ਵੀ ਸਾਡੇ ਨਾਲ ਜੁੜੇ ਹੋਏ ਹਨ ਰਾਜੂ ਕਟੂਰੀਆ ਹਾਂਜੀ ਜੋ ਪੰਜਾਬੀ ਗੀਤਕਾਰੀ ਵਿੱਚ ਬਹੁਤ ਵਧੀਆ ਗੀਤਕਾਰੀ ਕਰਦੇ ਹਨ ਇਸਦੇ ਨਾਲ ਨਾਲ ਵਧੀਆ ਲੇਖਕ ਵੀ ਹਨ ਉਹਨਾਂ ਨੂੰ ਲੇਖਣੀ ਉਹਨਾਂ ਦੇ ਵਿਰਸੇ ਵਿੱਚ ਮਿਲੀ ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਮਨਜੀਤ ਸਿੰਘ ਯੱਬੂ ਉਹ ਵੀ ਬਹੁਤ ਵਧੀਆ ਸ਼ਾਇਰ ਹਨ ਜਿਹਨਾਂ ਨੇ ਆਪਣੀ ਇੱਕ ਕਿਤਾਬ ਬੋਧਲੀ ਪਕਾਰ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈ ਹੈ ਵੈਰੀ ਗੁੱਡ ਉਸ ਤੋਂ ਬਾਅਦ ਸਾਡੀ
ਸਾਡੀ ਸਭਾ ਦੇ ਸਰਪ੍ਰਸਤ ਸਰਦਾਰ ਰਮੀਰ ਸਿੰਘ ਜੀ ਸਾਡੇ ਬਜ਼ੁਰਗ ਸ਼ਾਇਰ ਹਨ, ਉਹ ਅੱਜ ਸਾਡੇ ਵਿੱਚ ਨਹੀਂ ਸ਼ਾਮਲ ਹੋ ਸਕੇ, ਪਰ ਉਹਨਾਂ ਨੇ ਤੇ ਕੁਝ ਹੋਰ ਸਾਥੀਆਂ ਨੇ ਮਿਲ ਕੇ, ਜਿਹਨਾਂ ਦੇ ਵਿੱਚੋਂ ਵਿਸ਼ਾਲ ਜੀ ਲੋਕ ਅੱਜ ਕੱਲ੍ਹ ਇੰਡੀਆ ਰਹਿ ਰਹੇ ਹਨ, ਇਹਨਾਂ ਨੇ ਮਿਲ ਕੇ ਪੰਜਾਬੀ ਸਾਹਿਤ ਸੁਰ ਸੰਗਮ ਸਭਾ ਨੂੰ ਇਟਲੀ ਦੇ ਵਿੱਚ ਇੱਕ ਮੈਂ ਕਹਿ ਸਕਦਾ ਕਿ ਲਾਮਬੰਧ ਕੀਤਾ ਸੀ ਪੰਜਾਬੀ ਕਵੀਆਂ ਨੂੰ, ਪੰਜਾਬੀ ਲੇਖਕਾਂ ਨੂੰ, ਜੋ ਕਿ ਇਟਲੀ ਦੇ ਵਿੱਚ ਇੱਕ ਮੰਚ ਦੇ ਇਕੱਠੇ ਕਰਨ ਦਾ ਉਪਰਾਲਾ ਅੱਜ ਵੀ ਜਾਰੀ ਹੈ। ਵੈਰੀ ਗੁੱਡ। ਇਸ ਤੋਂ ਸਵਾਲੇ ਤੁਹਾਡੀ ਆ, ਇਹ ਤੁਹਾਡਾ ਜਿਹੜੀ ਤੁਹਾਡੀ ਇੱਕੋ ਹੀ ਬ੍ਰਾਂਚ ਆ ਕਿ ਇਸ ਤੋਂ ਸਵਾਲੇ ਕੁਛ ਹੋਰ ਵੀ ਇਹਦੀਆਂ ਸ਼ਾਖਾਂ ਦਾ ਤੁਸੀਂ ਬਣਾਈਆਂ, ਕੋਈ ਕੇਂਦਰੀ ਸਭਾ ਵੀ ਹੈ ਇਟਲੀ ਦੇ ਵਿੱਚ ਕਿ ਜਾਂ ਇਹੀ ਇੱਕ ਸਭਾ ਹੈ ਤੁਹਾਡੀ? ਨਹੀਂ ਲੱਗਦਾ, ਪੰਜਾਬੀ ਸਾਹਿਤ ਸਭਾਵਾਂ ਦੇ ਵਿੱਚ ਜੇਕਰ ਆਪਾਂ ਲਿਖੀਏ ਤਾਂ ਇਟਲੀ ਦੇ ਵਿੱਚ ਇੱਕੋ ਇੱਕ ਸਭਾ ਹੈ, ਸਾਹਿਤ ਸੁਰ ਸੰਗਮ ਸਭਾ। ਅੱਛਾ ਜੀ। ਇਸ ਤੋਂ ਪਹਿਲਾਂ ਇੱਕ ਹੋਰ ਸਭਾ ਹੁੰਦੀ ਸੀ ਪਰ ਉਹ ਸਭਾ ਹੁਣ ਇਟਲੀ ਦੇ ਵਿੱਚ ਨਹੀਂ ਰਹੀ ਕਿਉਂਕਿ ਵਿਸ਼ਾਲ ਜੀ ਮੇਰੇ ਲੜਕੇ ਜੋ ਕਿ ਆਪ ਚਲਾਉਂਦੇ ਸਨ, ਕੁਝ ਹੋਰ ਸਾਥੀ ਵੀ ਉਹਨਾਂ ਦੇ ਇਟਲੀ ਤੋਂ ਪ੍ਰਵਾਸ ਕਰ ਗਏ। ਹਾਂਜੀ। ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਇੱਕੋ ਇੱਕ ਸਾਹਿਤ ਸੁਰ ਸੰਗਮ ਸਭਾ ਹੀ ਹੈ ਇਟਲੀ ਦੇ ਵਿੱਚ ਜੋ ਕਿ ਪੰਜਾਬੀ ਬੋਲੀ ਦੇ ਲਈ ਕੰਮ ਕਰ ਰਹੀ ਹੈ। ਫਿਰ ਵੀ ਕਾਫੀ ਵੱਡੀ ਗੱਲ ਹੈ, ਚਲੋ ਇੱਕ ਸਭਾ ਵੀ ਤੁਸੀਂ ਬਣਾਈ ਆ। ਪਿੱਛੇ ਜਿਹੇ ਤੁਸੀਂ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਬਾਰੇ ਕਾਫੀ ਚਰਚਾ ਪੜਿਆ ਸੀ, ਮੈਂ ਕੁਛ ਪਿਕਚਰਸ ਵਗੈਰਾ ਪੰਜਾਬੀ ਮੰਚ ਫ੍ਰੈਂਡਸ ਐਂਡ ਫੈਨ ਤੇ ਪੋਸਟ ਵੀ ਕੀਤੀਆਂ ਸੀ, ਉਦੋਂ ਆਪਣਾ ਮੇਲ ਹੋਇਆ ਮੁਲਾਕਾਤ, ਉਦੋਂ ਬਾਅਦ ਹੀ ਬਣੀ ਸ਼ੁਰੂ ਹੋਈ ਹੈ, ਤੇ ਉਹ ਫੰਕਸ਼ਨ ਬਾਰੇ ਕੁਛ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਉਹਦੇ ਵਿੱਚ ਤੁਸੀਂ ਕੁਛ ਬੁੱਕਸ ਵਗੈਰਾ ਰਿਲੀਜ਼ ਕੀਤੀਆਂ ਸੀ, ਕੀ ਫੰਕਸ਼ਨ ਸੀਗਾ? ਹਾਂਜੀ, ਸਾਹਿਤ ਸੁਰ ਸੰਗਮ ਸਭਾ ਦੇ ਵੱਲੋਂ ਆਏ ਸਾਲ ਇੱਕ ਸਾਲਾਨਾ ਪ੍ਰੋਗਰਾਮ ਕਰਵਾਇਆ ਜਾਂਦਾ। ਅੱਛਾ। ਪ੍ਰੋਗਰਾਮ ਕਰਾਉਣ ਦਾ ਮੁੱਖ ਉਦੇਸ਼ ਇਹੀ ਹੈ ਕਿ ਸਭਾ ਦੇ ਵੱਲੋਂ ਹਰ ਸਾਲ ਪਿਛਲੇ ਦੋ ਸਾਲਾਂ ਦੇ ਵਿੱਚ ਦੋ ਕਿਤਾਬਾਂ ਪੰਜਾਬੀ ਸਾਹਿਤ ਦੀ ਬੋਲੀ ਵਿੱਚ ਪਾਈਆਂ ਗਈਆਂ, ਉਸ ਕਿਤਾਬ ਨੂੰ ਰਿਲੀਜ਼ ਕਰਨ ਦੇ ਵਾਸਤੇ ਸਭਾ ਦੇ ਵੱਲੋਂ ਆਪਣਾ ਪ੍ਰੋਗਰਾਮ ਕਰਵਾਇਆ ਜਾਂਦਾ। ਇਸ ਦੇ ਨਾਲ ਨਾਲ ਜੋ ਪੰਜਾਬੀ ਕਵੀ ਜਾਂ ਗੀਤਕਾਰ ਜਾਂ ਲੇਖਕ ਇਟਲੀ ਵਿੱਚ ਰਹਿੰਦੇ ਹਨ ਉਹ ਵੀ ਇੱਕ ਦਿਨ ਇਕੱਠੇ ਹੋ ਕੇ ਆਪਸ ਵਿੱਚ ਮਿਲ ਲੈਂਦੇ ਹਨ ਤੇ ਨਾਲ ਆਪਣੇ ਹੁਨਰ ਨੂੰ ਆਪਣੇ ਹਾਵ ਭਾਵ ਜੋ ਲਿਖਦੇ ਹਨ ਉਹਨਾਂ ਨੂੰ ਸਾਰਿਆਂ ਸਰੋਤਿਆਂ ਦੇ ਵਿੱਚ ਤੇ ਬਾਕੀ ਕਵੀਆਂ ਜਾਂ ਗੀਤਕਾਰਾਂ ਦੇ ਨਾਲ ਸਾਂਝਾ ਵੀ ਕਰਦੇ ਹਨ। ਅੱਛਾ। ਜੋ ਪਿਛਲੇ ਸਮੇਂ ਪ੍ਰੋਗਰਾਮ ਕੀਤੇ ਗਏ ਉਹ ਦੋ ਪ੍ਰੋਗਰਾਮ ਕੀਤੇ ਗਏ ਸੀ, ਇੱਕ ਸਭਾ ਦਾ ਸਾਲਾਨਾ ਪ੍ਰੋਗਰਾਮ ਸੀ ਤੇ ਦੂਸਰਾ ਪ੍ਰੋਗਰਾਮ ਸਭਾ ਦੇ ਵੱਲੋਂ ਜਿਹੜੀ ਦੂਸਰੀ ਕਿਤਾਬ ਦਿੱਤੀ ਗਈ ਹੈ ਪੰਜਾਬੀ ਸਾਹਿਤ ਨੂੰ ਉਸ ਦੀ ਰਿਲੀਜ਼ ਸੀਗੀ। ਇਸ ਦੇ ਨਾਲ ਨਾਲ ਇੱਕ ਧਾਰਮਿਕ ਸੀਗੀ ਜੋ ਸਾਡੇ ਅੱਜ ਵੀ ਸ਼ਾਮਲ ਹਨ, ਕੁਲਵਿੰਦਰ ਸੁੰਨੜ ਜੀ ਬਹੁਤ ਵਧੀਆ ਗੀਤਕਾਰ ਹਨ, ਇਹਨਾਂ ਨੇ ਭਗਤ ਰਵਿਦਾਸ ਜੀ ਦੇ ਭਗਤ ਰਵਿਦਾਸ ਜੀ ਨੂੰ ਸਮਰਪਿਤ ਇੱਕ ਸੀਡੀ ਤਿਆਰ ਕੀਤੀ ਸੀ ਆਪਣੀ ਆਡੀਓ ਸੀਡੀ, ਉਹ ਸੀਡੀ ਵੀ ਉਸ ਦਿਨ ਰਿਲੀਜ਼ ਕੀਤੀ ਗਈ ਸੀ। ਅੱਛਾ, ਇਹ ਦੱਸੋ ਕਿ ਤੁਸੀਂ ਮੀਟਿੰਗਾਂ ਸਾਲ ਦੇ ਵਿੱਚ ਕਿੰਨੀਆਂ ਮੀਟਿੰਗਾਂ ਕਰਦੇ ਹੋ, ਇੱਕ ਸਾਲ ਦੇ ਵਿੱਚ ਕਿੰਨੀ ਵਾਰੀ ਇਕੱਠੇ ਹੁੰਦੇ ਹੋ? ਸਾਲ ਦੇ ਵਿੱਚ ਸਾਨੂੰ ਜਦੋਂ ਵੀ ਮੌਕਾ ਮਿਲ ਜਾਂਦਾ ਅਸੀਂ ਇਕੱਠੇ ਹੋ ਜਾਂਦੇ। ਅੱਛਾ, ਠੀਕ ਹੈ ਠੀਕ ਹੈ। ਮੈਂ ਦੱਸ ਵੈਰੀ ਦੱਸ ਗੁੱਡ। 2 ਮਹੀਨੇ ਬਾਅਦ ਵੀ, 3 ਮਹੀਨੇ ਬਾਅਦ ਵੀ, ਔਰ 6 ਮਹੀਨੇ ਜਦੋਂ ਵੀ ਮੌਕਾ ਮਿਲ ਜਾਂਦਾ ਕਿਉਂਕਿ ਇਟਲੀ ਕਾਫੀ ਲੰਬੀ ਹੈ ਤੇ ਸਾਰੇ ਕੰਮ ਕੰਮ ਦੂਰ ਰਹਿੰਦੇ ਨੇ। ਹਾਂਜੀ। ਇਸ ਲਈ ਜਦੋਂ ਵੀ ਟਾਈਮ ਮਿਲਦਾ ਕਿਤੇ ਪੰਜਾਬੀ ਬੋਲੀ ਦੀ ਗੱਲ ਕਰਨ ਵਾਸਤੇ, ਆਪਣੀ ਮਾਂ ਬੋਲੀ ਦੀ ਗੱਲ ਕਰਨ ਵਾਸਤੇ ਜਾਂ ਆਪਣੇ ਵੀਰਾਂ ਨੂੰ ਮਿਲਣ ਵਾਸਤੇ, ਤੇ ਅਸੀਂ ਉਦੋਂ ਹੀ ਮੌਕਾ ਬਣਾ ਲੈਂਦੇ ਹਾਂ ਤੇ ਮੌਕਾ ਇਟਲੀ ਸਾਰੇ ਸੱਜਣਾਂ ਨੂੰ ਮੌਕਾ ਦਿਓ ਵੀ ਸਾਰੇ ਆਪਾਂ ਆਪਣੀ ਕੋਈ ਨਾ ਕੋਈ ਵਨਗੀ, ਕੋਈ ਕਵਿਤਾ, ਕੋਈ ਸ਼ੇਰ, ਕੋਈ ਨਾ ਕੋਈ ਚੀਜ਼ ਸਾਡੇ ਨਾਲ ਸਾਂਝਾ ਕਰਨ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ। ਇਹ ਵੀ ਦੱਸੋ ਵੀ ਪਿੱਛੇ ਕਿਹੜੇ ਪਿੰਡ ਦੇ ਕਿਹੜੇ ਜ਼ਿਲ੍ਹੇ ਦੇ ਕਿੱਥੇ ਕਿਤੇ ਹੈਗੇ ਆ, ਤਾਂ ਕਿ ਲੋਕਾਂ ਨੂੰ ਕੋਈ ਇਹ ਵੀ ਆਈਡੀਆ ਹੋਵੇ ਕੋਈ ਦਿੱਲੀ ਦਾ, ਕੋਈ ਬੰਬੇ ਦਾ, ਕੋਈ ਜਲੰਧਰ ਦਾ ਹੋਣਾ, ਕੋਈ ਲੁਧਿਆਣੇ ਦਾ, ਇੱਕ ਮੋਟਾ ਜਿਹਾ ਆਈਡੀਆ ਵੀ ਦੇ ਦਿਓ ਆਪਣੇ ਬਾਰੇ ਵੀ ਇੱਕ ਦੋ ਸ਼ਬਦ ਦੱਸ ਸਕਦੇ ਆ। ਹਾਂਜੀ, ਮੈਂ ਹੁਣ ਤੁਹਾਨੂੰ ਬੁਲਾਉਣ ਜਾ ਰਿਹਾ ਜੀ ਸਲਿੰਦਰ ਤੇ ਫੈਣੀ। ਹਾਂਜੀ। ਜੋ ਕਿ ਸਾਡੀ ਸਭਾ ਦੇ ਬਹੁਤ ਵਧੀਆ ਸ਼ਾਇਰ ਹਨ, ਵਧੀਆ ਗਜ਼ਲ ਲਿਖਦੇ ਹਨ, ਵਧੀਆ ਕਵਿਤਾ ਲਿਖਦੇ ਹਨ, ਉਹ ਦੋ ਸ਼ਬਦ ਅੱਜ ਜ਼ਰੂਰ ਸਾਂਝੇ ਕਰਨਗੇ। ਠੀਕ ਹੈ। ਇਹ ਨਾ ਜੀ ਸੁਰਿੰਦਰ ਜੀ, ਸੁਰਿੰਦਰ ਐਸ ਇਟਲੀ ਦੇ ਨਾਂ ਨਾਲ ਜਾਣੇ ਜਾਂਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਤੋਂ ਇਹ ਦੱਸਣਗੇ ਆਪਣੀ ਜਾਣਕਾਰੀ ਪੰਜਾਬ ਦਾ। ਠੀਕ ਹੈ।
ਸਭ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਦਾ ਪ੍ਰੇਮੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਲੀ ਸਲਾਮ ਤੇ ਮੇਰਾ ਜੋ ਅਗਲੀ ਸਫ਼ਰ ਹੈ ਕੋਈ ਇੰਨਾ ਜ਼ਿਆਦਾ ਲੰਬਾ ਨਹੀਂ ਹੈ ਆਵਾਜ਼ ਕੁਛ ਘੱਟ ਕੋਲ ਕਰਤੀ ਠੀਕ ਹੈ ਓਕੇ ਠੀਕ ਹੈ ਆਵਾਜ਼ ਠੀਕ ਹੈ ਕੋਈ ਦੈਟਸ ਫਾਈਨ ਹਾਂਜੀ ਤੇ ਉਹਨਾਂ ਨੇ ਜਦ ਮੇਰੀ ਪਹਿਲੀ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਨੂੰ ਆਪੇ ਜਿਹੜੇ ਤਾਂ ਉਹ ਜਿਹੜਾ ਕੁਝ ਦੇਖ ਸਕਣਾ ਹੈ ਤੇ ਉਹਨਾਂ ਨੇ ਤਾਂ ਮੈਨੂੰ ਕਹੀ ਕਿ ਇਹਨਾਂ ਨੂੰ ਲਾਇਆ ਜਿਹੜਾ ਮੈਂ ਪੰਜਾਬੀ ਜਿਹੜਾ ਲੱਗਣਾ ਜਿਹੜਾ ਦੇਖਿਆ ਮੈਂ ਵੀ ਤਾਂ ਇਹ ਦੇਖਿਆ ਕਿ ਤਾਂ ਮੈਨੂੰ ਉਹ ਨੜਿਆ ਜੋ ਪੰਜਾਬੀ ਦੇ ਵਿੱਚ ਦੀ ਸੇਵਾ ਕਰ ਸਕੇ ਹਾਂਜੀ ਜੋ ਵੀ ਲੱਜ ਵੈਸੇ ਉਹ ਨਹੀਂ ਸਮਰਪਣ ਮੈਨੂੰ ਲੱਗਦੇ ਗੱਪਲਾ ਵੀ ਉਮਰ ਗੱਪਲਾ ਕੀ ਹੈ ਹੋਰ ਤੁਸੀਂ ਕੋਈ ਆਪਣੀ ਬਣ ਗਈ ਸਾਡੇ ਨਾਲ ਸ਼ੇਅਰ ਕਰੋ ਜੀ ਸਾਡੇ ਸਰੋਤਿਆਂ ਨਾਲ ਹਾਂਜੀ ਮੈਂ ਆਪਣੀ ਬੈਠਾ ਦਿਲ ਦੇ ਅੰਦਰ ਅਮਲ ਹੋ ਕੇ ਬੈਠਾ ਹਾਂ ਮੈਂ ਸਾਰਾ ਦਾ ਹੱਥ ਰੋ ਕੇ ਬੈਠਾ ਹਾਂ ਥੱਕੇ ਲਾਈਆਂ ਰੋਕੇ ਜਨ ਨੂੰ ਦੱਸਦਾ ਵਾਂ ਜਿਸ ਦੇ ਅੰਦਰ ਅਮਲ ਰੋ ਕੇ ਬੈਠਾ ਵੈਰੀ ਗੁੱਡ ਥੱਕੇ ਲਾਈਆਂ ਰੋਕੇ ਜਨ ਨੂੰ ਦੱਸਦਾ ਵਾਂ ਜਿਸ ਦੇ ਅੰਦਰ ਅਮਲ ਰੋ ਕੇ ਬੈਠਾ ਹਾਂ ਦਿਲ ਦੇ ਅੰਦਰ ਅਮਲ ਹੋ ਕੇ ਬੈਠਾ ਹਾਂ ਮੈਂ ਸਾਰਾ ਦਾ ਹੱਥ ਰੋ ਕੇ ਬੈਠਾ ਨੈਣਾਂ ਵਿੱਚੋਂ ਸਾਰੇ ਹੰਝੂ ਵਗਦੇ ਨੇ ਨੈਣਾ ਵਿੱਚੋਂ ਸਾਰੇ ਹੰਝੂ ਵਗਦੇ ਨੇ ਜੀਨ ਦੇ ਅੰਦਰ ਯਾਦ ਖੜੋ ਕੇ ਬੈਠਾ ਹਾਂ ਮੀਤ ਗਵਾਚਿਆ ਗਲੀ ਗਲੀ ਕਿਉਂ ਲੰਬਦਾ ਹਾਂ ਯਾਦਾਂ ਦਾ ਇੱਕ ਸ਼ਹਿਰ ਖੜੋ ਕੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਬਹੁਤ ਅੱਛੇ ਤੇਰੇ ਲੱਭੋ ਲੱਭ ਮਿਲੇ ਨੇ ਉਮਰਾਂ ਨੇ ਤੇਰੇ ਲੱਭੋ ਲੱਭ ਮਿਲੇ ਨੇ ਉਮਰਾਂ ਨੇ ਫੁੱਲਾਂ ਦੀ ਪੀੜ ਖੜੋ ਕੇ ਬੈਠਾ ਵੈਰੀ ਗੁੱਡ ਇਸ ਦੀਆਂ ਕੰਧਾਂ ਏਦਾਂ ਉੱਤਰੀਆਂ ਇੰਝ ਮੁਖਾਂ ਦੀ ਚੇਤ ਸਜੋ ਕੇ ਬੈਠਾ ਹਾਂ ਇਸ ਦੀਆਂ ਨੇ ਕੰਧਾਂ ਏਦਾਂ ਉੱਤਰੀਆਂ ਇੰਝ ਮੁਖਾਂ ਦੀ ਚੇਤ ਸਜੋ ਕੇ ਬੈਠਾ ਹਾਂ ਉਤਲੋਂ ਮੁੱਲਾਂ ਵਾਂਗੂ ਖੜਿਆ ਹਾਂ ਅੰਦਰ ਲੱਖਾਂ ਦਰਦ ਨੂੰ ਹੋ ਕੇ ਬੈਠਾ ਬਹੁਤ ਅੱਛੇ ਜੀ ਬਹੁਤ ਅੱਛੇ ਬਹੁਤ ਅੱਛੇ ਬਈ ਦੋਸਤੋ ਤਾੜੀ ਜ਼ਰੂਰ ਲਾ ਲਿਆ ਕਰੋ ਇੱਥੇ ਆਵਾਜ਼ ਆਉਣੀ ਚਾਹੀਦੀ ਆ ਤੁਹਾਡੀ ਤਾੜੀ ਦੀ ਤਾੜੀ ਜ਼ਰੂਰ ਲਾ ਕਰੋ ਪਤਾ ਲੱਗੇ ਹੋਰ ਵੀ ਲੋਕ ਬੈਠੇ ਆ ਕਦੇ 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 ਉੱਧਰ ਕੈਮਰਾ ਵੀ ਪਾ ਦਿਆ ਕਰੋ ਬਹੁਤ ਅੱਛਾ ਜੀ ਬਹੁਤ ਅੱਛਾ ਜੀ ਹਾਂਜੀ ਤੇ ਹੁਣ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਆਪਣੇ ਸਭਾ ਦੇ ਉਪ ਪ੍ਰਧਾਨ ਮੇਰੇ ਪਿੰਡਾਂ ਦੇ ਗੁਆਂਢੀ ਪਰਿਵਾਰ ਦੇ ਵਿੱਚ ਬਹਿ ਕੇ ਇਹਨਾਂ ਦੀ ਗੀਤਕਾਰੀ ਨੂੰ ਆਪਣੇ ਭੈਣ ਭਰਾਵਾਂ ਦੇ ਬਹਿ ਕੇ ਇਹਨਾਂ ਦੀ ਗੀਤਕਾਰੀ ਦੀ ਗੱਲ ਕਰ ਸਕਦੇ ਇੰਨਾ ਸਾਫ ਸੁਥਰਾ ਲੱਗਿਆ ਇਸ ਗੱਲ ਦਾ ਮੈਨੂੰ ਵੀ ਮਾਣ ਮਹਿਸੂਸ ਹੈ ਕਿ ਮੇਰੀ ਸਭਾ ਦੇ ਨਾਲ ਇੰਨੇ ਵਧੀਆ ਸ਼ਾਇਰ ਜੁੜੇ ਹੋਏ ਹਨ ਜਿਹਨਾਂ ਦੇ ਵਾਸਤੇ ਮੇਰੇ ਕੋਲ ਖੁਦ ਕੋਲ ਲੱਭ ਜਾਣੇ ਹਨ ਆਪਾਂ ਸਾਰੇ ਇੱਕ ਦੂਜੇ ਨੂੰ ਬਖਸ਼ਦੇ ਹਾਂ ਪੰਜਾਬੀ ਮਾਂ ਬੋਲੀ ਵੀ
ਹਾਂ ਜੀ, ਕਿਉਂਕਿ ਉਹ ਤਾਂ ਆਪਣੇ ਅੰਦਰੋਂ ਨਿਕਲ ਹੀ ਨਹੀਂ ਸਕਦੀ ਨਾ, ਅੰਦਰ ਰਹਿਣੀ ਆ, ਉਹ ਜਾਣੀ ਨਹੀਂ ਕਿਤੇ ਵੀ ਚੱਲ ਜਾਈਏ। ਵੈਰੀ ਗੁੱਡ। Very good, what a ਬਹੁਤ ਅੱਛੇ ਜੀ, ਬਹੁਤ ਅੱਛੇ। ਗੁਰਮੁਖੀ ਸ਼ਾਮੁਖੀ ਤੇਰੇ ਸਭਰਣੀ Very good, ਬਹੁਤ ਅੱਛੇ। ਜਿੰਨੇ ਵੀ ਹੋ ਸਕੇ ਰੰਗ ਤੇਰੇ ਦੱਸਾਂਗੇ ਪੰਜਾਬੀ ਸਾਡੀ ਕਿੰਨੀ ਮਾਂ ਮਹਾਨ ਬਹੁਤ ਅੱਛੇ ਜੀ, ਬਹੁਤ ਅੱਛੇ ਸਾਹਿਬ ਸਾਹਿਬ, ਬਹੁਤ ਅੱਛੇ, ਵੈਰੀ ਨਾਈਸ, ਵੈਰੀ ਨਾਈਸ। ਹਾਂਜੀ ਕਾਕਾ ਵੀ ਸਾਨੂੰ ਰਾਣਾ ਜੀ, ਹਾਂਜੀ ਬਹੁਤ ਵਧੀਆ ਜੀ, ਸਾਹਿਤ ਸੁਰ ਸੰਗਮ ਸਭਾ ਦੇ ਮੁੱਖ ਪ੍ਰਧਾਨ। ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜੀ। ਹਾਂਜੀ ਹਾਂਜੀ ਹਾਂਜੀ, ਹੁਣ ਮੈਂ ਆਪ ਜੀ ਨੂੰ ਬੁਲਾਉਣ ਜਾ ਰਿਹਾ ਸਾਡੇ ਇਟਲੀ ਦੇ ਬਹੁਤ ਵਧੀਆ ਸੁਰੀਲੇ ਗਾਇਕ, ਮਿਊਜ਼ਿਕ ਡਾਇਰੈਕਟਰ ਦੇਸੀ ਜੰਕਸ਼ਨ, ਜੋ ਕਿ ਇਟਲੀ ਤੋਂ ਰੇਡੀਓ ਚਲਾ ਰਹੇ ਹਨ। ਇਸਦੇ ਨਾਲ ਨਾਲ ਇਹਨਾਂ ਦਾ ਆਪਣਾ ਸਟੂਡੀਓ ਵੀ ਹੈ, ਜਿਹਦੇ ਵਿੱਚ ਪੰਜਾਬੀ ਗੀਤਾਂ ਦੀ ਰਿਕਾਰਡਿੰਗ ਵੀ ਕਰਦੇ ਹਨ। ਉਹ ਆਪ ਜੀ ਦੇ ਨਾਲ ਸਾਂਝ ਹੋਣ ਜਾ ਰਹੇ ਹਨ ਸਾਡੇ ਸਤਿਕਾਰਯੋਗ ਪੰਕਜ ਕੁਮਾਰ ਜੀ। ਹਾਂਜੀ ਸੁਰਿੰਦਰ ਜੀ ਜਿਹੜੇ ਹੈਗੇ ਗਜ਼ਲ ਲੇਖਕ, ਉਹਨਾਂ ਦੀ ਇੱਕ ਗਜ਼ਲ ਜਿਹੜੀ ਹੈ ਬਚਾਉਣੇ ਦੀ, ਉਹ ਤੁਹਾਡੀ ਨਜ਼ਰ ਕਰ ਰਹੇ ਹਾਂ ਹਾਂਜੀ, ਤੇ ਉਮੀਦ ਹੈ ਪਸੰਦ ਆਊਗੀ।
ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਬੁੱਕਲ ਵਿੱਚੋਂ ਯਾਰ ਵਿਛੜਿਆ ਬੁੱਕਲ ਵਿੱਚੋਂ ਯਾਰ ਵਿਛੜਿਆ ਖੈਰ ਯਾਰ ਦੀ ਮਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਲਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਨੈਣ ਪਿਆਸੇ ਤੂੰ ਨਾ ਦਿਸਦਾ ਨੈਣ ਪਿਆਸੇ ਤੂੰ ਨਾ ਦਿਸਦਾ ਦਰਸ਼ਨ ਤੇਰੇ ਮਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਆਸੂ ਮੇਰੀ ਵਿੱਚ ਖੁੱਬ ਹਨੇਰਾ ਆਸੂ ਮੇਰੀ ਵਿੱਚ ਖੁੱਬ ਹਨੇਰਾ ਆਇਆ ਸ਼ੋਗੀ ਲੱਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਸਾਉਣ ਮਹੀਨਾ ਤਨ ਮਨ ਸਾੜੇ ਸਾਉਣ ਮਹੀਨਾ ਤਨ ਮਨ ਸਾੜੇ ਮਿਲ ਯਾਰ ਦਾ ਮਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਰਾਹਾਂ ਚੋਂ ਤੇਰੀ ਪੈਰ ਨਵਾਜੀ ਰਾਹਾਂ ਚੋਂ ਤੇਰੀ ਪੈਰ ਨਵਾਜੀ ਰੋ ਰੋ ਮੇਰੀ ਲੱਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਯਾਦ ਤੇਰੀ ਵਿੱਚ ਸ਼ਬਦ ਪਰੋਏ ਬਹੁਤ ਵਧੀਆ ਲਿਖਿਆ ਜੀ ਤੁਸੀਂ ਵਧੀਆ ਨਿਭਾ ਰਹੇ ਉਹਨਾਂ ਨੇ ਵਧੀਆ ਲਿਖਿਆ ਤੇ ਤੁਸੀਂ ਨਿਭਾ ਵੀ ਵਧੀਆ ਰਹੇ ਯਾਦ ਤੇਰੀ ਵਿੱਚ ਸ਼ਬਦ ਬਰੋਏ ਯਾਦ ਤੇਰੀ ਵਿੱਚ ਸ਼ਬਦ ਬਰੋਏ ਗਜ਼ਲ ਮੇਰੀ ਨੂੰ ਰੰਗਦੀਆਂ ਰਾਤਾਂ ਸੋਚਾਂ ਦੇ ਵਿੱਚ ਲੱਗਦੀਆਂ ਰਾਤਾਂ ਨਾਗਣ ਵਾਂਗੂ ਡਗਦੀਆਂ ਰਾਤਾਂ ਸੋਚਾਂ ਦੇ ਬਹੁਤ ਅੱਛੇ ਬਹੁਤ ਅੱਛੇ ਜੀ ਵੈਰੀ ਗੁੱਡ ਬਹੁਤ ਅੱਛੇ ਜੀ ਬਹੁਤ ਅੱਛੇ ਬਾਕੀ ਜੀ ਬਹੁਤ ਅੱਛੇ ਬਹੁਤ ਵਧੀਆ ਉਹਨਾਂ ਨੇ ਲਿਖਿਆ ਤੇ ਤੁਸੀਂ ਬਹੁਤ ਵਧੀਆ ਨਿਭਾਇਆ ਕਈ ਗੁਣਾਂ ਦੇ ਮਾਲਕ ਨੇ ਜੀ ਕਈ ਗੁਣਾਂ ਦੇ ਮਾਲਕ ਨੇ ਤੁਸੀਂ ਮੁਲਾਕਾਤ ਕਰਾਤੀ ਹੈ ਸਾਡੇ ਨਾਲ ਜੁੜੇ ਹੋਏ ਹਨ
ਹੁਣ ਮੈਂ ਜਿਹਨਾਂ ਨੂੰ ਬੁਲਾਉਣ ਜਾ ਰਿਹਾ ਉਹ ਹਨ ਸੁਖਰਾਜ ਸਿੰਘ ਬਰਾੜ। ਹਾਂਜੀ, ਉਹ ਦੋ ਚਾਰ ਸ਼ਬਦ ਦੀ ਆਪ ਜੀ ਨਾਲ ਹਾਂ ਹੋਣਗੇ। ਠੀਕ ਹੈ ਬਰਾੜ ਸਾਹਿਬ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ। ਹਾਂਜੀ ਤੋੜਦਿਆਂ ਹੰਝੂ ਕੇਰਨੀ ਤੈਨੂੰ ਨਾ ਡਾਲਦੀ ਸੀ ਮੇਰੀ ਮੌਤ ਨੇ ਤੇਰੀ ਆਰਤੀ ਉਸ ਦਰਬਾਰ ਸੱਜਣਾ ਮੈਂ ਉਹਨੂੰ ਹੋਰ ਤੂੰ ਉਹਨੂੰ ਹੋਰ ਮੰਗੀਏ ਮੈਨੂੰ ਬਰਬਾਦ ਕਰਕੇ ਤੂੰ ਹੋਰ ਮੰਗੀਏ ਮੈਨੂੰ ਬਰਬਾਦ ਕਰਕੇ ਮੈਂ ਵੀ ਜਿਉਣਾ ਚਾਹੁੰਦਾ ਹਾਂ ਮੇਰੇ ਪਿਆਰ ਸੱਜਣਾ ਉਹ ਧੜ ਮੰਗੇ ਭਾਵੇਂ ਕੱਲ ਨੂੰ ਰਾਜ ਮਰ ਜੇ ਮੈਨੂੰ ਕੋਈ ਨਾ ਗੁੱਸਾ ਕਰੇਗਾ ਤੁਸੀਂ ਬੜੇ ਬੜੇ ਹੀਰੇ ਇਕੱਠੇ ਕੀਤੇ ਜੀ ਅੱਜ ਇੱਕ ਤੋਂ ਇੱਕ ਵੱਧ ਕੇ ਵੱਧ ਕੇ। ਹਾਂਜੀ ਹੁਣ ਮੈਂ ਆਪ ਜੀ ਦੇ ਨਾਲ ਮਿਲਾਉਣ ਜਾ ਰਿਹਾ ਜੀ ਸਾਡੇ ਇਟਲੀ ਦੇ ਪੱਤਰਕਾਰ ਵੀ ਹਨ ਜੋ ਕਿ ਸਪੋਰਟਸਮੈਨ ਤੇ ਮੀਡੀਆ ਪੰਜਾਬ ਨੂੰ ਖ਼ਬਰਾਂ ਵੀ ਭੇਜਦੇ ਹਨ। ਅੱਛਾ ਜੀ, ਇਸਦੇ ਨਾਲ ਨਾਲ ਬਹੁਤ ਵਧੀਆ ਗੀਤਕਾਰ ਸਾਡੇ ਰਜੀਤ ਗਰੇਵਾਲ। ਹਾਂਜੀ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ। ਮੈਂ ਸਹਿਤ ਸੁਰ ਸੰਗਮ ਸਭਾ ਦਿੱਲੀ ਦੇ ਮੰਚ ਤੋਂ ਪੰਜਾਬੀ ਮੰਚ ਲਾਈਵ ਯੂਐਸਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਥੈਂਕ ਯੂ ਜੀ, ਜਿਹਨਾਂ ਕਰਕੇ ਅਸੀਂ ਇਹ ਮੰਚ ਦੇ ਅੱਜ ਫੇਰ ਦੁਬਾਰਾ ਇਕੱਠੇ ਹੋਏ ਹਾਂ। ਤੇ ਬਾਕੀ ਮੈਂ ਜੀ ਆਪਣੇ ਵੱਲ ਦੱਸ ਦਿੰਦਾ, ਮੈਂ ਬਰਨਾਲਾ ਡਿਸਟ੍ਰਿਕਟ ਬਰਨਾਲਾ ਨੂੰ ਉਹ ਸੰਗਰੂਰ ਸੀਗਾ ਪਹਿਲਾਂ। ਹਾਂਜੀ, ਭਗਵੰਤ ਮਾਨ ਹੁਣੀ ਦਿੱਤੇ ਜਿਹਨੂੰ ਤੁਹਾਨੂੰ ਪਤਾ ਜੀ ਵੱਧ ਵੋਟਾਂ ਤੇ। ਬਾਕੀ ਮੈਂ ਕੁਝ ਤਿਆਰੀ ਦੇ ਵਿੱਚ ਨਹੀਂ ਆਈ ਅੱਜ, ਕਿਉਂਕਿ ਮੈਂ ਕਿਸੇ ਪ੍ਰੋਗਰਾਮ ਤੇ ਗਿਆ ਸੀਗਾ ਉੱਥੇ। ਅੱਜ ਮੈਂ ਬੈਠੀ ਆ ਗਏ ਇੱਧਰ ਨੂੰ, ਕਦੋਂ ਜੰਮਿਆ ਕਦੋਂ ਮਰਿਆ ਯਾਦ ਨਹੀਂ ਕੀ ਕਰਿਆ, ਪਰ ਮੈਂ ਟਿਕਿਆ ਨਾ ਬਿੰਦ ਵੀ, ਉਹ ਰੱਬਾ ਸਾਡੀ ਪਹਿਲਾਂ ਹੀ ਲੰਘ ਗਈ ਜ਼ਿੰਦਗੀ, ਉਹ ਰੱਬਾ ਸਾਡੀ ਪਹਿਲਾਂ ਹੀ ਲੰਘ ਗਈ। ਵਾਹ ਜੀ ਵਾਹ ਵਾਹ, ਉਹਦਾ ਮੇਰੇ ਯਾਦ ਨਹੀਂ ਤੇ ਉਹਦਾ ਮੁਲਾਕਾਤ ਹੁੰਦੀ ਰਹੀ ਹੈ। ਬਾਕੀ ਜੋ ਗੱਲੇ ਹੁਣ ਗਰੇਵਾਲ ਸਾਹਿਬ ਆਪ ਜੀ ਦਾ ਸਾਂਝ ਪਾ ਕੇ ਗਏ, ਇਹਨਾਂ ਦੇ ਗੀਤ ਕਾਫੀ ਗਾਉਣੇ ਹੋਏ ਜਿਹਨਾਂ ਦੇ ਵਿੱਚ ਸਾਧਨਾ ਸੰਗਮ ਵਰਗੀ ਇੰਡੀਆ ਦੀ ਮਸ਼ਹੂਰ ਗਾਇਕਾਂ ਵੀ ਇਹਨਾਂ ਦੇ ਗੀਤ ਗਾ ਚੁੱਕੀ ਆ। ਅੱਛਾ, ਸੋ ਹੁਣ ਮੈਂ ਜੋ ਅਗਲਾ ਸਾਡੀ ਸਭਾ ਦਾ ਮੈਂਬਰ ਪੇਸ਼ ਕਰਨ ਜਾ ਰਿਹਾ, ਸੁਰੀਲਾ ਗਾਇਕ ਸੁਰਦਾ ਸਹੀ ਕੁਲਵਿੰਦਰ ਸੁੰਦਰ। ਕੁਲਵਿੰਦਰ ਸੁੰਦਰ, ਹਾਂਜੀ, ਬਹੁਤ ਵਧੀਆ ਆਵਾਜ਼ ਦਾ ਵਾਲਾ ਕੁਲਵਿੰਦਰ ਸੁੰਦਰ, ਇਸਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ। ਵੈਰੀ ਗੁੱਡ, ਵੈਰੀ ਗੁੱਡ। ਇਕੱਲੀ ਗਾਇਕੀ ਦੀ ਖੂਬੀ ਨਹੀਂ, ਇਨਸਾਨੀਅਤ ਦੀ ਖੂਬੀ, ਠੰਡਾ ਸੁਭਾਅ, ਹਰ ਇੱਕ ਨਾਲ ਖੁਸ਼ ਹੋ ਕੇ ਮਿਲਣਾ, ਮਹਿਮਾਨ ਨਵਾਜੀ, ਮਿਲਾਪਣਾ ਸੁਭਾਅ, ਕੁਲਵਿੰਦਰ ਦੇ ਦੋ ਵਧੀਆ ਗੁਣ ਹਨ। ਇਸਦੇ ਨਾਲ ਨਾਲ ਪੰਜਾਬੀ ਬੋਲੀ ਦਾ ਇੱਕ ਬਹੁਤ ਵਧੀਆ ਗਾਇਕ ਹੋਣ ਦੇ ਨਾਤੇ ਮੈਂ ਕੁਲਵਿੰਦਰ ਨੂੰ ਆਪਣੇ ਨਾਲ ਖੜਾ ਹੋਣ ਕਰਕੇ ਆਪਣੇ ਆਪ ਨੂੰ ਖੁਸ਼ ਠੀਕ ਸਮਝਦਾ। ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ। ਹਾਂਜੀ, ਪਰ ਮੇਰਾ ਮਾਣ ਕਰਦੇ ਨੇ ਮੈਨੂੰ ਪਿਆਰ ਬਖਸ਼ਦੇ ਨੇ, ਮੈਂ ਉਹਨਾਂ ਦਾ ਦਿਲ ਕਰਨਾ, ਖਾਸ ਕਰਕੇ ਸਾਰੇ ਮੇਰੇ ਮੰਚ ਦਾ
ਸਹਿਤ ਸੁਰ ਸੰਗ ਸਭਾ ਇਡਲੀ ਵਾਲਿਆਂ ਦਾ ਜਿਹੜਾ ਕਿ ਇਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਥੋੜਾ ਸਮਾਂ ਬੀਤਿਆ, ਦੋ ਮਹੀਨੇ ਪਹਿਲਾਂ ਜਿਹੜੀ ਇਹਨਾਂ ਨੇ ਮੇਰੀ ਸੀਡੀ ਰਿਲੀਜ਼ ਕਰੀ ਸੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੈਂ ਸਮਰਪਣ ਕਰੀ ਸੀ। ਹਾਜ਼ਰ ਜਿਹੜਾ ਜੋੜਿਆ ਸੀ ਲਾਈਵ ਸਾਰੀ ਜਿਹੜੀ ਆ ਉਹ ਯੂਟਿਊਬ ਦੇ ਉੱਤੇ ਰਾਗ ਕਰਨ ਦੇ ਉੱਤੇ ਡਾਊਨਲੋਡ ਫ੍ਰੀ ਡਾਊਨਲੋਡ ਹੈ। ਜੇ ਕਿਸੇ ਮੇਰੇ ਵੀਰ ਨੇ ਕੋਈ ਸੁਣੀ ਹੈ ਜਾਂ ਕੋਈ ਨਸ਼ਰ ਦੇਖਣ ਦਾ ਚਾਹਵਾਨ ਹੈ ਸੋ ਦੇਖ ਸਕਦਾ ਹੈ। ਸੋ ਇਸ ਲੈਣ ਦੇ ਵਿੱਚ ਮੈਨੂੰ ਤਕਰੀਬਨ 6 ਸਾਲ ਹੋ ਗਏ ਪਏ ਨੂੰ ਤੇ ਮੈਨੂੰ ਇੰਡੀਆ ਛੱਡਣ ਨੂੰ ਤਕਰੀਬਨ ਹੋ ਗਏ 15 ਸਾਲ। ਹਾਂਜੀ, ਤੇ ਇਹਨਾਂ 6 ਸਾਲਾਂ ਦੇ ਵਿੱਚ ਜਦੋਂ ਮੈਂ ਖੱਟਿਆ ਉਹ ਇਸ ਟਾਈਮ ਇਹਨਾਂ ਸਾਰੇ ਸੱਜਣਾ ਬੁੱਢਾਂ ਦੇ ਬਦੌਲਤਾਂ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚ ਮੈਨੂੰ ਮਿਲੇ ਉਹ ਸਾਡੇ ਸਭ ਤੋਂ ਪਹਿਲਾਂ ਅਲੀ ਸਾਹਿਬ ਜੀ ਜਿਹਨਾਂ ਨਾਲ ਮੇਰਾ ਅਟੈਚਮੈਂਟ ਹੋਈ ਹੋਵੇ। ਉਸ ਟਾਈਮ ਮੈਂ ਜਾਗਰਣ ਤੇ ਇਹਨਾਂ ਦੀਆਂ ਭੇਟਾਂ ਲੈਂਦਾ। ਉਹ ਤੋਂ ਬਾਅਦ ਮੇਰੇ ਵੀਰ ਰਾਣਾ ਖੋਲਾ ਜੀ ਜਿਹਨਾਂ ਨੇ ਬਹੁਤ ਹੀ ਵਧੀਆ ਗੀਤ ਕਰਨੇ ਤੇ ਫੈਮਿਲੀ ਇਲੈਕਸ਼ਨ ਵੀ ਨੇ। ਸੋ ਉਹਨਾਂ ਤੋਂ ਬਾਅਦ ਹੌਲੀ ਹੌਲੀ ਜਿਹੜਾ ਸਾਰੇ ਹੀ ਮੇਰੇ ਵੀਰ ਜਿਹਨਾਂ ਹੁਣ ਤੱਕ ਮੈਂ ਅਲੀ ਭਾਜੀ ਦੇ ਅਲੀ ਸਾਹਿਬ ਜੀ ਦੇ ਆ ਭੇਟਾਂ ਲੈਂਦਾ। ਰਾਣਾ ਖੋਲਾ ਜੀ ਦੇ ਗੀਤ ਗਾਏ ਸਾਡੇ ਮੇਰਾ ਵੱਡਾ ਵੀ ਰਾਜੀ ਹਡੂਲੀਆ ਉਹਨਾਂ ਦਾ ਵੀ ਜਿਹੜੇ ਮੈਂ ਹੁਣ ਤੱਕ ਗੀਤ ਜਿਹੜੇ ਗਾਏ ਨੇ ਲਾਈਵ ਸਟੇਜ ਉੱਤੇ ਸੋ ਰਿਕਾਰਡਿੰਗ ਕਰਦਾ ਹਲੇ ਸਵਾਲ ਨਹੀਂ ਬਣਿਆ ਹੈਗਾ। ਸੋ ਬਾਕੀ ਸਾਰੇ ਹੀ ਸਾਡੇ ਪੰਕਜ ਕੁਮਾਰ ਜੀ ਉਸਤਾਦ ਨੇ ਸਾਡੇ ਵੱਡੇ ਭਾਈ ਨੇ। ਸੋ ਉਹਨਾਂ ਦਾ ਵੀ ਬਹੁਤ ਬਹੁਤ ਮਾਣ ਰਿਹਾ ਕਿਉਂਕਿ ਜਦੋਂ ਵੀ ਇਹਨੇ ਸਾਨੂੰ ਕੋਈ ਦੱਸਦੇ ਨੇ ਅਸੀਂ ਉਹਨਾਂ ਦਾ ਗੁੱਸਾ ਨਹੀਂ ਕਰੀ ਜਾਏਗਾ ਕਿਉਂਕਿ ਇੱਕ ਵੱਡੇ ਨੇ ਇੱਕ ਸਾਡੇ ਸੀਨੀਅਰ ਨੇ। ਆਲਰੇਡੀ ਉਹ ਸਾਡੇ ਸਾਨੂੰ ਵੀ ਪਤਾ ਮੇਰੇ ਕੋਲ ਇੰਨਾ ਮੇਰੇ ਯੋਗਾ ਨਹੀਂ ਹੈਗਾ ਕਿ ਮੈਂ ਸਟੇਜ ਤੇ ਖੜ ਕੇ ਗਾ ਸਕਾਂ ਜਾਂ ਇਹਨਾਂ ਤੋਂ ਹੀ ਸਿੱਖਿਆ ਸਾਰਾ ਕੁਝ ਮੇਰੇ ਵੀਰ ਇੱਥੇ ਸਾਰੇ ਬੈਠੇ ਨੇ। ਸੋ ਸਾਡੇ ਰਣਜੀਤ ਗਰੇਵਾਲ ਜੀ ਇਹਨਾਂ ਨੇ ਵੀ ਜਿਹੜਾ ਸਾਨੂੰ ਮੌਤ ਦੇਣਾ ਇਹਨਾਂ ਦੇ ਵੀ ਸਾਡੇ ਕੋਲ ਇਹਦਾ 4-15 ਸਾਲ ਇਹਨਾਂ ਨੇ ਬਹੁਤ ਮਾਣ ਕਰਿਆ। ਮੈਨੂੰ ਪਰਸਨਲ ਇਹਨਾਂ ਦਾ ਫੋਨ ਆਇਆ ਸੀ ਕਹਿੰਦੇ ਸੀ ਵੀ ਆਪਾਂ ਪ੍ਰੋਗਰਾਮ ਕਰਨਾ ਹੈ ਤੇ ਮੇਰੀ ਕੋਈ ਵੀ ਤਿਆਰੀ ਨਹੀਂ ਸੀ ਤੇ ਹਲੇ ਵੀ ਨਹੀਂ ਕਿਉਂਕਿ ਜਿਹੜਾ ਗਾਇਕੀ ਸਾਡਾ ਇੱਕ ਕਿੱਤਾ ਨਹੀਂ ਹੈਗਾ ਮੇਰਾ ਸ਼ੌਂਕ ਹੈ। ਠੀਕ ਹੈ ਠੀਕ ਹੈ, ਮੇਰਾ ਸ਼ੌਂਕ ਹੈ ਮੈਂ ਸਿਰਫ ਆਪਣੇ ਸ਼ੌਂਕ ਵਾਸਤੇ ਕਰ ਰਿਹਾ ਤੇ ਆਪਾਂ ਕੰਮ ਵੀ ਕਰਦੇ ਹਾਂ ਡਿਊਟੀ ਮਿਲੀ ਵੀ ਆ 8-9 ਘੰਟੇ ਡਿਊਟੀ ਵੀ ਆ। ਠੀਕ ਹੈ, ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਤਿਆਰੀ ਕਰਨੀ ਬਹੁਤ ਜਿਹੜੀ ਆ ਔਖੀ ਹੁੰਦੀ ਆ। ਸਹੀ ਗੱਲ ਹੈ, ਤਾਂ ਮੇਰੇ ਵੀ ਜਿੰਨਾ ਕੁ ਟਾਈਮ ਲੱਗਦਾ ਗਾਇਕੀ ਨੂੰ ਆਪਣੇ ਕੋਲੋਂ ਵੱਧ ਚੜ੍ਹ ਕੇ ਟਾਈਮ ਦਿੰਦੇ ਹਾਂ ਫੈਮਿਲੀ ਵੀ ਫੈਮਿਲੀ ਨੂੰ ਟਾਈਮ ਦੇਣਾ ਪੈਂਦਾ ਬੱਚਿਆਂ ਨੂੰ ਉਹਨਾਂ ਦਾ ਸਾਰਾ ਦੇਖਣਾ ਪੈਂਦਾ। ਸੋ ਮੈਨੂੰ ਇਡਲੀ ਦੇ ਵਿੱਚ ਤਕਰੀਬਨ 13.5 ਸਾਲ ਜਿਹੜੇ ਹੋ ਚੁੱਕੇ ਨੇ ਇਡਲੀ ਚ ਵੱਸਦਿਆਂ ਨੂੰ। ਸੋ ਮੇਰਾ ਪਰਿਵਾਰ ਮੇਰੇ ਨਾਲ ਵੱਸਦਾ। ਸੋ ਮੈਂ ਤੁਹਾਡੇ ਨਾਲ ਇੱਕ ਗੀਤ ਸ਼ੇਅਰ ਕਰਨਾ ਚਾਹੁੰਦਾ ਜਿਹੜਾ ਕਿ ਮੈਂ ਕੁਛ ਸਮਾਂ ਪਹਿਲਾਂ ਲਿਖਿਆ ਸੀਗਾ ਤੇ ਗਾਉਣ ਤੋਂ ਪਹਿਲਾਂ ਮੈਂ ਥੋੜ੍ਹਾ ਥੋੜ੍ਹਾ ਲਿਖ ਲੈਂਦੀ ਸੀਗਾ ਹੋਰ ਵੀ ਮਨ ਨੂੰ ਟੱਕਰ ਉੱਤੇ ਦਿਮਾਗ ਵਿੱਚ ਕੋਈ ਆਉਂਦੀ। ਮੈਂ ਤਕਰੀਬਨ ਪਰਿਵਾਰਿਕ ਗੀਤ ਲਿਖੇ ਨੇ ਫੈਮਿਲੀ ਦੇ ਨਾਲ ਕਨੈਕਸ਼ਨ ਕਿਉਂਕਿ ਮੈਨੂੰ ਸਭ ਤੋਂ ਵੱਧ ਜਿਹੜਾ ਬਜ਼ੁਰਗ ਸੀਗਾ ਉਹ ਮੇਰੀ ਮਾਂ ਦਾ ਬਜ਼ੁਰਗ ਲੱਗਿਆ ਕਿ ਜਿਹੜਾ ਉਹ ਆਪਣੀ ਮਾਂ ਨੂੰ ਛੱਡ ਕੇ ਕਿਉਂਕਿ ਤੁਹਾਨੂੰ ਪਤਾ ਜਿਹੜੀ ਮਾਂ ਆ ਉਹ ਮਾਂ ਹੁੰਦੀ ਹੈ। ਪਰਮਾਤਮਾ ਦਾ ਬੰਦਾ ਮੰਨਦਾ ਪਰ ਸਭ ਤੋਂ ਪਹਿਲਾਂ ਜਿਹੜੀ ਸਾਡਾ ਮੰਜ ਹੈ ਉਹ ਪਹਿਲਾਂ ਮਾਂ ਨੂੰ ਮਿਲਣ ਦਾ ਮੰਜ ਹੈ। ਪਰਮਾਤਮਾ ਦਾ ਦੁੱਖ ਤਾਂ ਸਾਡੀ ਮਾਂ ਨੇ ਸਾਨੂੰ ਮਿਲਿਆ ਵਾਲਿਆਂ ਦੇ ਤੱਕ ਪਹੁੰਚਾਇਆ। ਸਹੀ ਗੱਲ, ਮੈਂ ਉਹਦਾ ਪਹਿਲਾਂ ਸ਼ੁਕਰਗੁਜ਼ਾਰ ਕਰਨਾ ਉਹਨਾਂ ਨੇ ਲੇਟ ਨਹੀਂ ਦੇ ਸਕਦਾ ਜ਼ਿੰਦਗੀ ਚ ਨਹੀਂ ਦੇ ਸਕਦਾ ਸਕਦਾ। ਸੋ ਇੱਕ ਦਿਨ ਮੈਂ ਰਾਤ ਨੂੰ ਬੈਠਾ ਸੋਚਦਾ ਸੀਗਾ ਉਸ ਦਿਨ ਮੇਰੇ ਦਿਮਾਗ ਵਿੱਚ ਉਹ ਗੱਲਾਂ ਆਈਆਂ ਜਿੱਦਣ ਮੈਂ ਪੰਜਾਬ ਚ ਗਿਆ ਸੀਗਾ ਇਸ ਟਾਈਮ ਜਦੋਂ ਮੈਂ ਹੁਣ ਪੰਜਾਬੀ ਗੱਲ ਕਰਦਾ ਮੇਰੀ ਉਮਰ ਜਿਹੜੀ ਹੋ ਗਈ ਹੈ। ਸੋ ਜਦੋਂ ਮੈਂ ਬੱਸ ਵਿੱਚ ਬੈਠਾ ਸੀ ਪੰਜਾਬ ਤੋਂ ਉਸ ਦਿਨ ਮੈਂ ਮਿਲਣ ਬਾਹਰ ਆਇਆ ਸੀਗਾ ਉਹ ਗੱਲਾਂ ਚੇਤੇ ਕਰਕੇ ਮੈਂ ਉਸ ਮੇਰੇ ਗੀਤ ਗਾਉਣ ਵਾਲਾ ਸੀ ਤੇ ਮੈਂ ਉਹ ਤੁਹਾਡੇ ਸਾਹਮਣੇ ਸ਼ੇਅਰ ਕਰਨ ਲੱਗਾ। ਹਾਂਜੀ, ਉਹ ਦਿਨ ਬਚਪਨੇ ਦੇ ਚੰਗੇ ਸੀ ਜੋ ਗਲੀਆਂ ਵਿੱਚ ਬਿਤਾਏ ਸੀ ਜਦ ਛੱਡੇ ਵਤਨਾਂ ਨੂੰ ਦੂਰ ਹੋਏ ਰਾਤੀ ਸੁਪਨੇ ਦੇ ਵਿੱਚ ਆਏ ਸੀ ਕਿਸ ਤੇ ਲਾਈਏ ਦੋਸ਼ ਸਾਡੇ ਇਸ ਟੁੱਟੇ ਖੁਆਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਖੁਸ਼ੀਆਂ ਪੰਜਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਖੁਸ਼ੀਆਂ ਪੰਜਾਬ ਦੀਆਂ ਹੋ ਠੰਡੀਆਂ ਚਾਵਾਂ ਮੁੜਦੀਆਂ ਸਾਨੂੰ ਅੱਜ ਵੀ ਚੇਤੇ ਆਉਂਦੀਆਂ ਨੇ ਗਾਲੀ ਲੱਗ ਕੇ ਵਿਛੜੀਆਂ ਵਾਵਾਂ ਸਾਨੂੰ ਬੜਾ ਰਵਾਉਂਦੀਆਂ ਨੇ
ਚੇਤੇ ਆ ਖੁਸ਼ਬੂਆ ਤਾਜੇ ਖਿੜੇ ਗੁਲਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਖੁਸ਼ੀਆਂ ਪੰਜਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਉਹ ਗੁੱਲੀ ਡੰਡਾ ਖੇਡਣ ਦੇ ਨਾਲੇ ਅਸੀਂ ਭਜੀ ਬਾਜੀ ਦਾ ਕਿਵੇਂ ਬੁਲਾਵਾਂ ਚੇਤਾ ਮੈਂ ਹੁਣ ਉਸ ਮਰੀ ਜਾਣੀ ਦਾ ਉਹ ਗੁੱਲੀ ਡੰਡਾ ਖੇਡਣ ਦੇ ਨਾਲੇ ਅਸੀਂ ਭਜੀ ਬਾਜੀ ਦਾ ਕਿਵੇਂ ਬੁਲਾਵਾਂ ਚੇਤਾ ਮੈਂ ਹੁਣ ਉਸ ਮਰੀ ਜਾਣੀ ਦਾ ਭੇਜੇ ਲੱਗ ਸੁਣੇ ਆਖਿਰ ਮਿਲੇ ਜਵਾਬ ਦੀਆਂ ਤੇ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਉਹ ਸ਼ਹਿਰ ਬਣੋ ਜੋ ਆਉਂਦੇ ਸੀ ਸਾਡੇ ਪਿੰਡ ਦੇ ਆਰਾਮਾਂ ਨੂੰ ਖੇਡ ਕਬੱਡੀ ਖੇਡਣ ਦੇ ਨਾਲੇ ਕੋਲੀ ਜੇ ਜਾਵਾਂ ਨੂੰ ਉਹ ਸ਼ਹਿਰ ਵੱਲੋਂ ਜੋ ਆਉਂਦੇ ਸੀ ਸਾਡੇ ਪਿੰਡ ਦੇ ਆਰਾਮਾਂ ਨੂੰ ਖੇਡ ਕਬੱਡੀ ਖੇਡਣ ਦੇ ਨਾਲੇ ਕੋਲੀ ਜੇ ਜਾਵਾਂ ਨੂੰ ਬਸ ਖਵਾਬ ਜੇ ਬਣ ਕੇ ਰਹਿ ਗਏ ਖੇਡਾਂ ਕੱਚੇ ਟਾਪ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਉਹ ਨਹੀਂ ਮਿਲਣਾ ਸਾਨੂੰ ਕਿਤੇ ਰਵੀ ਪਿੰਡੇ ਸੁਣ ਲੈ ਖੁਰਦ ਜਿਹਾ ਉਹ ਮਾਂ ਦੀ ਮਮਤਾ ਪਿਓ ਦੀਆਂ ਗਾਲਾਂ ਇੱਕ ਮਿੰਟੇ ਨਿੱਕ ਜਿਹਾ ਉਹ ਨਹੀਂ ਮਿਲਣਾ ਸਾਨੂੰ ਕਿਤੇ ਰਵੀ ਪਿੰਡੇ ਸੁਣ ਲੈ ਖੁਰਦ ਜਿਹਾ ਉਹ ਮਾਂ ਦੀ ਮਮਤਾ ਪਿਓ ਦੀਆਂ ਗਾਲਾਂ ਇੱਕ ਮਿੰਟੇ ਨਿੱਕ ਜਿਹਾ ਛੱਡ ਕੁੱਲ ਗਦਰਾ ਗੱਲਾਂ ਬੈਠੇ ਬਣੇ ਨਵਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਰੱਬਾ ਮੁੜੇ ਉਹ ਸਾਨੂੰ ਦੇ ਦੇ ਤੂੰ ਖੁਸ਼ੀਆਂ ਪੰਜਾਬ ਦੀਆਂ ਖੁਸ਼ੀਆਂ ਪੰਜਾਬ ਦੀਆਂ ਬਹੁਤ ਅੱਛੇ ਖੁਸ਼ੀਆਂ ਪੰਜਾਬ ਬਹੁਤ ਅੱਛੇ ਜੀ ਬਹੁਤ ਅੱਛੇ ਵੈਰੀ ਨਾਈਸ ਖੇਡਾਂ ਕੱਚੇ ਢਾਲ ਦੀ ਹੈ ਕਮਾਲ ਕਰਤੀ ਰੀਤਾ ਹੈ ਸ਼ਬਦ ਚੋਣ ਕਰਨ ਦੀ ਕਮਾਲ ਕਰਤੀ ਬਿਲਕੁਲ ਉਹ ਦਿਲ ਦੀ ਆਵਾਜ਼ ਅੰਦਰੋਂ ਨਿਕਲਦੀ ਹੈ ਫਿਰ ਹਾਂਜੀ ਤੁਸੀਂ ਸੁਣਿਆ ਖੁਰਦ ਦੀ ਗੱਲ ਕੀਤੀ ਸੋਹਣਾ ਖੁਰਦ ਜਿਹੜਾ ਅਵਲ ਪਿੰਡੀ ਦੇ ਕੋਲ ਹੈ ਜਲੰਧਰ ਦੇ ਪਿੱਛੇ ਠੀਕ ਹੈ ਬਹੁਤ ਅੱਛਾ ਜੀ ਖੇਡਾਂ ਕੱਚੇ ਢਾਲ ਦੀਆਂ ਬਿਲਕੁਲ ਨਕਸ਼ਾ ਬੰਨ ਦਿੱਤਾ ਇਹਨਾਂ ਨੇ ਬਿਲਕੁਲ ਹੁਣ ਮੈਂ ਜੋ ਆਪ ਜੀ ਨਾਲ ਮਸ਼ਹੂਰ ਪੰਜਾਬੀ ਦਾ ਗੀਤਕਾਰ ਸੋਢੀ ਲਿੰਦਰਾਂ ਵਾਲਾ ਪੇਸ਼ ਕਰਨ ਜਾ ਰਿਹਾ ਜਿਹਨਾਂ ਦੇ ਗੀਤ ਲੈਂਬਰ ਹੁਸੈਨ ਪੁਰੀ ਨੇ ਗਾਏ ਸਨ ਤਿੰਨ ਚੀਜ਼ਾਂ ਜਿਹਦੇ ਵਿੱਚ ਨੱਚਣਾ ਇਹ ਦੋ ਗੀਤ ਲੈਂਬਰ ਹੁਸੈਨ ਪੁਰੀ ਨੇ ਗਾਏ ਸੀ ਹਾਂਜੀ ਇੱਕ ਦਲਜੀਤ ਮੱਟੂ ਨੇ ਜਾ ਨੀ ਝੂਠੀਏ ਇੱਕ ਗੀਤ ਅਮਨਜੀਤ ਨੇ ਗਾਇਆ ਸੀ ਮੁੱਕੀ ਅਣਖ ਜੇ ਕੌਮ ਚੋਂ ਪੱਲੇ ਕੱਖ ਨਾ ਰਹਿਣਾ ਹਾਂਜੀ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਗੀਤ ਰਿਕਾਰਡ ਹੋਏ ਨੇ ਪਰ ਮੈਂ ਤਿੰਨ ਚਾਰ ਗੀਤ ਹੀ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਹੁਣ ਸੋਹਣੀ ਲਿੰਦਰਾਂ ਵਾਲੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਗੀਤ ਕਰਾ ਸੋਹਣੀ ਲਿੰਦਰਾਂ ਵਾਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੰਡੂ ਲਿੱਤਰਾਂ ਵਾਲੇ ਤੋਂ ਬਾਅਦ ਹੁਣ ਤੁਸੀਂ ਸਥਾਨ ਲੈ ਲਿਆ ਹੈ ਮੈਂ ਕਿਹਾ ਜੰਡੂ ਲਿੱਤਰਾਂ ਵਾਲੇ ਤੋਂ ਬਾਅਦ ਇਹ ਥਾਂ ਹੁਣ ਤੁਸੀਂ ਮੰਨ ਲਿਆ ਹਾਂਜੀ
ਜੰਡੂ ਮਿੱਤਰ ਲਿਖਿਓ ਉਹ ਮੇਰਾ ਭਤੀਜਾ ਹੁੰਦਾ ਨਾ ਇਸ ਕਾਂਗ ਉਹ ਗਾਉਂਦਾ ਹੁੰਦਾ ਜੀ ਉਹਦੇ ਲਿਖੇ ਹੋਏ ਅਸੀਂ ਵੀ ਗਾਉਂਦੇ ਨਹੀਂ ਪੜ੍ਹ ਕੇ ਸੁਣਾ ਦੇ ਆਪਣਾ ਆਪ ਲਿਖ ਲਈ ਦਾ ਪੜ੍ਹ ਕੇ ਸੁਣਾ ਦੇਗਾ ਬਹੁਤ ਅੱਛੇ ਕੋਈ ਨੀ ਬਹੁਤ ਅੱਛੇ ਬਹੁਤ ਬਹੁਤ ਵਧੀਆ ਇਮੋਸ਼ਨ ਹੋ ਗਿਆ ਮੈਂ ਖੁਦ ਹੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੇਸ਼ ਕੀਤਾ ਵਧੀਆ ਗਾ ਲੈਂਦੇ ਤੁਸੀਂ ਤਾਂ ਪੰਜਾਬੀ ਲੋਕ ਵਜਣਗੇ ਨਹੀਂ ਤਾਂ ਕਦੇ
ਜਸਵਿੰਦਰ ਭੱਲੇ ਨੇ ਕਹਿੰਦੇ ਪੰਡਿਤ ਦੀ ਮਾਸੀ ਨੂੰ ਦੱਸਣਗੇ। ਮੇਰਾ ਖਿਆਲ ਹੈ ਹੁਣ ਮਾਸੀ ਨੂੰ ਨੀ ਗੱਲੀ ਨੂੰ ਭੂਆ ਨੂੰ ਵੀ ਦੱਸਣਗੇ ਆ ਕੇ ਮੌਕਾ ਆ ਗਿਆ ਕਿ ਬੱਚਿਆਂ ਨੂੰ ਆਪਣੇ ਭੂਆ ਵੀ ਨੀ ਲੱਭਦੇ ਫਿਰ ਸਾਡੀ ਲਾਭਤਾ ਕੀ ਹੈ ਕਮੁੱਖ ਵਾਸਤੇ। ਸੋ ਮੈਂ ਆਪਣੇ ਛੋਟੀ ਵੀਰ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਇਸਦੇ ਫਖਰ ਕਰਨਾ ਕਿ ਇੰਨੀ ਵਧੀਆ ਗੀਤਕਾਰੀ ਕੀਤੀ ਹੈ। ਬਹੁਤ ਵਧੀਆ ਬਹੁਤ ਵਧੀਆ ਵੈਰੀ ਨਾਈਸ ਹੁਣ ਮੈਂ ਜਿਹਨਾਂ ਨੂੰ ਆਪ ਜੀ ਦੇ ਨਾਲ ਮਿਲਾਉਣ ਜਾ ਰਿਹਾ ਉਹ ਸਾਹਿਤ ਸੁਰ ਸੰਗਮ ਸਭਾ ਦੇ ਜਨਰਲ ਸਕੱਤਰ ਹਨ ਤੇ ਮੁੱਢ ਤੋਂ ਜੁੜੇ ਹੋਏ ਮੈਂਬਰ ਹਨ ਜਿਹਨਾਂ ਨੇ ਸਭਾ ਦੇ ਵਿੱਚ ਇੱਕ ਰੀੜ ਦੀ ਹੱਡੀ ਦੇ ਤੌਰ ਤੇ ਕੰਮ ਕੀਤਾ ਕਰਦੇ ਵੀ ਆ ਰਹੇ ਤੇ ਹੁਣ ਵੀ ਕਰ ਰਹੇ ਨੇ। ਸਾਡੀ ਸਭਾ ਦੇ ਮੈਂਬਰ ਰਜਿੰਦਰ ਵੀ ਇਹਨਾਂ ਨੂੰ ਮੈਂ ਕਹਿ ਸਕਦਾ ਇਸਦੇ ਨਾਲ ਨਾਲ ਹਮੇਸ਼ਾ ਇਹਨਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਸਭਾ ਨੂੰ ਵੱਧ ਤੋਂ ਵੱਧ ਪੰਜਾਬੀ ਬੋਲੀ ਨੂੰ ਵੱਧ ਤੋਂ ਵੱਧ ਬੁਲੰਦੀਆਂ ਤੇ ਲਿਜਾਇਆ ਜਾਵੇ। ਉਹ ਮੇਰਾ ਵੀਰ ਮੇਰਾ ਬਹੁਤ ਵਧੀਆ ਦੋਸਤ ਮੇਰੇ ਦੁੱਖ ਸੁੱਖ ਦਾ ਭਾਈਵਾਲ ਰਾਜੂ ਡੋਲੀਆ ਆਪ ਜੀ ਨੂੰ ਦੱਸਦਿਆਂ ਮੇਰਾ ਆਪਣੇ ਆਪ ਦਾ ਫਖਰ ਹੈ ਕਿ ਰਾਜੂ ਡੋਲੀਆ ਸਾਹਿਤ ਸੁਰ ਸੰਗਮ ਸਭਾ ਦੀ ਰੀੜ ਦੀ ਹੱਡੀ ਹੈ। ਵੈਰੀ ਗੁੱਡ ਵੈਰੀ ਗੁੱਡ। ਔਰ ਇਸਨੇ ਜੋ ਲਿਖਣ ਦਾ ਇਸ ਤੋਂ ਪਹਿਲਾਂ ਯੂਰਪ ਇਟਲੀ ਦੇ ਵਿੱਚ ਛਪ ਰਿਹਾ ਪੰਜਾਬੀ ਅਖਬਾਰ ਉਸਦਾ ਸਹਿਤ ਸੰਪਾਦਕ ਵੀ ਰਹਿ ਚੁੱਕਾ ਬਹੁਤ ਵਧੀਆ ਲੇਖਕ ਵੀ ਜੋ ਬਹੁਤ ਸੋਹਣੇ ਕਾਲਮ ਲਿਖਦਾ ਹੈ ਜੋ ਪੰਜਾਬੀ ਕਲਚਰ ਜਾਂ ਪੰਜਾਬੀ ਬੋਲੀ ਤੇ ਜਾਂ ਪੰਜਾਬੀ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਚੋਟ ਕਰਨ ਲਈ ਇਸਦੇ ਲੇਖ ਹੁੰਦੇ ਹਨ। ਸੋ ਸਾਨੂੰ ਬੜਾ ਮਾਣ ਹੈ ਕਿ ਸਾਨੂੰ ਰਾਜੂ ਗੁਰੂ ਵਰਗਾ ਇੱਕ ਵਧੀਆ ਸਾਥੀ ਸਭਾ ਨੂੰ ਮਿਲਿਆ ਹੋਇਆ। ਬਹੁਤ ਅੱਛੇ। ਇਸਦੇ ਨਾਲ ਨਾਲ ਮੈਂ ਕਹਿੰਦਾ ਸਤਿਕਾਰ ਕਿ ਰਾਜੂ ਗੁਰੂ ਦੇ ਪਿਤਾ ਜੀ ਸਰਦਾਰ ਮਲਕੀਤ ਸਿੰਘ ਜੀ ਧਾਲੀਵਾਲ ਉਹ ਵੀ ਬਹੁਤ ਵਧੀਆ ਸ਼ਾਇਰ ਹਨ ਜਿਹਨਾਂ ਨੇ ਕਿਤਾਬ ਪੰਜਾਬੀ ਬੋਲੀ ਦੀ ਤੁਹਾਡੀ ਕਮਾਈ ਹੈ ਬਹੁਤ ਹੀ ਪੁਕਾਰ। ਉਹ ਬਹੁਤ ਹੀ ਪੁਕਾਰ ਕਿਤਾਬ ਨੂੰ ਇਹਨਾਂ ਨੇ ਪੇਸ਼ ਕੀਤੀ ਸੀ ਸਾਡੇ ਸਰਦਾਰ ਸਰਕਾਰ ਨੂੰ ਮਲਕੀਤ ਸਿੰਘ ਜੀ ਨੇ ਉਹ ਸਰਾਬੇ ਦਾ ਬਹੁਤ ਪੰਜਾਬੀ ਲੋਕਾਂ ਨੂੰ ਪੁਕਾਰ ਕਰ ਰਿਹਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸੋ ਮੈਂ ਹੁਣ ਜ਼ਿਆਦਾ ਨਾਂ ਤਸ਼ੀਲਦਾ ਹੋਇਆ ਸਵਾਗਤ ਹੈ। ਪਰਦੇਸੀ ਰਹਿਣ ਵਾਲੇ ਸਾਰੇ ਪੁੱਤਰੋਂ ਮੇ ਧੀਓ ਮੈਂ ਕਰਨਾ ਦਵਾਵਾਂ ਸਭ ਤੁਸੀਂ ਜੁਗ ਜੁਗ ਜੀਓ। ਪਰਦੇਸੀ ਰਹਿਣ ਵਾਲੇ ਸਾਰੇ ਪੁੱਤਰੋਂ ਮੇ ਧੀਓ ਮੈਂ ਕਰਨਾ ਦਵਾਵਾਂ ਤੁਸੀਂ ਜੁਗ ਜੁਗ ਜੀਓ। ਪਰ ਭੁੱਲ ਕੇ ਪੰਜਾਬ ਉਹਦੇ ਦੇ ਨਾ ਹੋ ਜਾਓ ਮੁੜ ਆਇਓ ਮੇਰੇ ਬੱਚਿਓ ਛੇਤੀ ਘਰ ਮੁੜ ਆਇਓ। ਬਾਕੀ ਕੱਟ ਕੱਟ ਤੁਸੀਂ ਮਹਿਰ ਜਾਂਦੇ ਹੋ ਸਾਰੀ ਬਾਕੀ ਕੱਟ ਕੱਟ ਤੁਸੀਂ ਮਹਿਰ ਜਾਂਦੇ ਹੋ ਸਾਰੀ ਪੰਜ ਸਾਲਾਂ ਵਿੱਚ ਗੇੜਾ ਮਾਰਦੇ ਹੋ ਇੱਕ ਵਾਰੀ ਆ ਕੇ ਵਸੋ ਇਹਨਾਂ ਵਿੱਚ ਨਾ ਇਹਨੇ ਖੰਡਰ ਬਣਾਇਓ ਮੁੜ ਆਇਓ ਮੇਰੇ ਬੱਚਿਓ ਛੇਤੀ ਘਰ ਮੁੜ ਆਇਓ। ਤੁਹਾਨੂੰ ਸ਼ਿਕਵਾ ਹੈ ਰਹਿੰਦਾ ਕਿ ਪੰਜਾਬ ਉਹ ਨਾ ਰਿਹਾ ਮੈਨੂੰ ਲੱਗਦਾ ਪੰਜਾਬ ਨਾਲ ਸ਼ਾਇਦ ਤੁਹਾਡਾ ਮੋਹ ਨਾ ਰਿਹਾ। ਤੁਹਾਨੂੰ ਸ਼ਿਕਵਾ ਰਹਿੰਦਾ ਕਿ ਪੰਜਾਬ ਉਹ ਨਾ ਰਿਹਾ ਮੈਨੂੰ ਲੱਗਦਾ ਪੰਜਾਬ ਨਾਲ ਸ਼ਾਇਦ ਤੁਹਾਡਾ ਮੋਹ ਨਾ ਰਿਹਾ। ਗੱਲਾਂ ਨਾਲ ਨੀ ਸਰਨਾ ਕੁਝ ਕਰਕੇ ਹੀ ਮਾਰੋ ਮੁੜ ਆਇਓ ਮੇਰੇ ਬੱਚਿਓ ਛੇਤੀ ਘਰ ਮੁੜ ਆਇਓ। ਹਰ ਨਵਾਂ ਤੁਹਾਨੂੰ ਚਾਹ ਗੱਲ ਸਮਝ ਨਾ ਹੋਈ ਜਿਵੇਂ ਜਿਵੇਂ ਸਾਹ ਬੀਤੇ ਵੇਖਿਓ ਦੁਹਾਈ ਤੁਸੀਂ ਪਾਉਣੀ। ਹਾਲੇ ਨਵਾਂ ਤੁਹਾਨੂੰ ਚਾਹ ਗੱਲ ਸਮਝ ਨਾ ਹੋਣੀ ਜਿਵੇਂ ਜਿਵੇਂ ਸਾਹ ਬੀਤੇ ਵੇਖਿਓ ਦੁਹਾਈ ਤੁਸੀਂ ਪਾਉਣੀ। ਮੈਨੂੰ ਡਰ ਹੈ ਨਾ ਕਿਤੇ ਤੁਸੀਂ ਬੇਘਰੇ ਹੋ ਜਾਇਓ ਮੁੜ ਆਇਓ ਮੇਰੇ ਬੱਚਿਓ ਛੇਤੀ ਘਰ ਮੁੜ ਆਇਓ। ਸੌ ਸਾਲ ਨੂੰ ਮੈਂ ਢੁੱਕਾ ਵੇਖੀ ਦੁਨੀਆਂ ਵਧੇਰੀ ਰਾਜੂ ਜੱਟਾਂ ਤੱਕਾਂ ਵਿੱਚ ਲਾਣਾ ਦਿਓ ਦੇਰੀ ਬਾਬੇ ਦੀਆਂ ਗੱਲਾਂ ਉੱਤੇ ਤੁਸੀਂ ਗੌਰ ਫਰਮਾਇਓ ਬਿਲਕੁਲ ਅਸਲੀਅਤ ਹੈ। ਅੱਜ
ਸੱਚੀ ਗੱਲ ਇਹ ਹੈ ਕਿ ਰੰਗ ਨੇ ਜੋ ਲਿਖਿਆ ਸਹੀ ਗੱਲ ਹੈ, ਅਸੀਂ ਅੱਜ ਪੰਜਾਬੀ ਬੋਲੀ ਦੇ ਨਾਲੋਂ ਪੰਜਾਬ ਦੇ ਨਾਲੋਂ ਲੁੱਟਦੇ ਜਾ ਰਹੇ ਹਾਂ। ਸ਼ਾਇਦ ਇਸ ਨੂੰ ਪੈਸੇ ਦੀ ਦੌੜ ਕਹਿ ਸਕਦੇ ਹਾਂ ਜਾਂ ਸਾਡੀ ਵੱਧ ਰਹੀ ਲਾਲਸਾ ਕਹਿ ਸਕਦੇ ਹਾਂ। ਸੋ ਹੁਣ ਸਾਡੀ ਸਭਾ ਦਾ ਮੰਚ ਨੇ ਚਾਲਕ ਲੋਕ ਅੱਜ ਖੁਸ਼ੀ ਹੋ ਕੇ ਬੈਠਾ, ਪਤਾ ਨੀ ਕਿਉਂ ਮੰਚ ਸਿਧਾਰਤੀ ਮੈਨੂੰ ਕਰਨੀ ਪੈ ਰਹੀ ਆ। ਸਾਡੇ ਸਾਹਮਣ ਅਲੀ ਜੀ ਇਹਨਾਂ ਦੇ ਇਕੱਲੇ ਮੰਚ ਸੰਚਾਲਕ ਹੀ ਨੀ, ਬਹੁਤ ਵਧੀਆ ਗੀਤਕਾਰ, ਬਹੁਤ ਵਧੀਆ ਗਾਇਕ ਤੇ ਬਹੁਤ ਵਧੀਆ ਇਨਸਾਨ। ਮੈਨੂੰ ਕਦੇ ਕਦੇ ਇੰਝ ਲੱਗਦਾ ਕਿ ਮੈਂ ਇਹਨਾਂ ਦੇ ਮੂੰਹ ਤੇ ਸਿੱਧਾ ਕਰਦਾ, ਮੈਂ ਸ਼ਾਇਦ ਖੁਸ਼ਾਮਦ ਕਰਦਾ, ਪਰ ਮੈਂ ਸੱਚ ਕਹਿ ਰਿਹਾ ਕਿ ਮੇਰੇ ਸਾਰੇ ਵੀਰ ਵਧਾਈ ਦੇ ਪਾਤਰ ਹਨ ਜੋ ਇਕੱਠੇ ਹੋ ਕੇ ਯੂਨਿਟੀ ਕਰਕੇ ਸਭਾ ਨੂੰ ਅੱਗੇ ਚਲਾ ਰਹੇ ਹਨ। ਸ਼ਾਇਦ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਕਰਕੇ ਸਭਾ ਚੱਲ ਰਹੀ ਹੈ, ਇਸੇ ਕਰਕੇ ਸਾਹਿਤ ਸੁਰ ਸੰਗਮ ਸਭਾ ਬਹੁਤ ਸਾਰੀ ਮੁਸ਼ਕਲਾਂ ਚੋਂ ਲੰਘਦੇ ਹੋਏ ਵੀ ਆਪਣੇ ਸਫ਼ਰ ਨੂੰ ਆਪਣੇ ਪੰਧ ਨੂੰ ਬੜੀ ਤੇਜ਼ੀ ਦੇ ਨਾਲ ਬੜੇ ਹੌਸਲੇ ਨਾਲ ਤੈਅ ਕਰਦੀ ਅੱਗੇ ਜਾ ਰਹੀ ਹੈ। ਸੋ ਹੁਣ ਜੋ ਮੇਰੇ ਵੀਰ ਸਾਬਰ ਅਲੀ ਮੁਰਡੇ ਤੋਂ ਨੇ ਆਪ ਜੀ ਦੇ ਨਾਲ 2000 ਸ਼ਬਦ ਸਾਂਝੇ ਸ਼ੁਰੂ ਕਰਨਗੇ, ਇਹਨਾਂ ਦੇ ਨਾਮ ਦੇ ਇੱਕ ਵਾਰ ਜ਼ਰੂਰ ਲਾ ਰਹੇ ਹਾਂ। ਮੈਂ ਸ੍ਰੋਤਾ ਹੋ ਚੰਦ ਚੜ੍ਹਦੀ ਜਵਾਨੀ ਪਾਉਂਦੇ ਮਨ ਪਾਉਂਦੇ ਵਿੱਚ ਪਾਲ ਬਰੇ ਚੰਗੇ ਲੱਗਦੇ ਖਿਡਾਉਣੇ, ਚੰਦ ਚੜ੍ਹਦੀ ਜਵਾਨੀ ਪਾਉਂਦੇ ਮਨ ਪਾਉਂਦੇ ਚੜ੍ਹਦੀ ਬਰੇ ਸੁਮੰਗਲਾ ਬਣ ਦਰਵੇਸ਼, ਚੜ੍ਹਦੀ ਬਰੇ ਸੁਮੰਗਲਾ ਬਣ ਦਰਵੇਸ਼, ਮਾਲਾ ਹੱਥ ਬਣ ਲੈਂਦਾ ਮੱਚਾ ਮਲ ਮਿੱਤਰੋ, ਉਹ ਸਮੇਂ ਸਮੇਂ ਦੀ ਹੀ ਸਮੇਂ ਸਮੇਂ ਦੀ ਹੁੰਦੀ ਹੈ ਸਾਰੀ ਗੱਲ ਮਿੱਤਰੋ, ਉਹ ਸਮੇਂ ਸਮੇਂ ਦੀ ਹੀ। ਵੈਰੀ ਗੁੱਡ। ਮੰਗਦੇ ਨੇ ਮੁੱਢਲਾ ਜਿਹੜੇ ਪੱਲਾ ਅੱਡੇ ਅੱਡ ਕੇ ਮੁੱਢਲਾ ਪਿੱਛੋਂ ਨਿਕਲਾਉਂਦੇ ਉਹੀ ਅੱਖਾਂ ਲੱਡ ਕੇ, ਮੰਗਦੇ ਨੇ ਮੁੱਢਲਾ ਜਿਹੜੇ ਪੱਲਾ ਅੱਡੇ ਅੱਡ ਕੇ ਮੁੱਢਲਾ ਪਿੱਛੋਂ ਨਿਕਲਾਉਂਦੇ ਉਹੀ ਅੱਖਾਂ ਲੱਡ ਕੇ, ਜਦ ਉਹ ਜਾਵੇ ਚਿੱਤ ਫਿਰ ਕੌਣ ਕੀ ਚਿੱਤ, ਉਹ ਜਾਵੇ ਜਿੱਤ ਫਿਰ ਕੌਣ ਕੀ ਦੇ ਮਿੱਤਰ, ਕੁਝ ਕੁੜੀਆਂ ਤੋਂ ਮੂੰਹ ਮਹਿਲਾ ਮਦਲ ਮਿੱਤਰੋ, ਸਮੇਂ ਸਮੇਂ ਦੀ ਹੀ ਸਮੇਂ ਸਮੇਂ ਦੀ ਹੁੰਦੀ ਹੈ ਸਾਰੀ ਗੱਲ ਮਿੱਤਰੋ, ਸਮੇਂ ਸਮੇਂ ਦੀ ਹੀ ਸਾਇੰਸ ਨੇ ਅਚਾਨਕ ਮੁਕੇ ਲਾਪਾ ਮਤਲਬ ਪੜ੍ਹ ਕੇ ਸੋਚੇ ਸਭ ਖੋਜੇ ਰੱਖੂਗਾ ਸਿਰ ਵਿੱਚ ਕਰਕੇ, ਸਾਇੰਸ ਦੀ ਅਚਾਨਕ ਕਿਤਾਬਾ ਮੰਤਰਾ ਪੜ੍ਹ ਕੇ ਸੋਚੇ ਸਭ ਕੁਝੇ ਰੱਖੂ ਮਸੀ ਵਿੱਚ ਕਰ ਕੇ, ਆਵੇ ਹੜ ਜਾ ਤੂੰ ਭਾਲ ਦੇ ਬਸ ਇਨਸਾਨ, ਹੜ ਜਾ ਤੂੰ ਭਾਲ ਦੇ ਬਸ ਇਨਸਾਨ, ਉਹਦੇ ਚਾਰੇ ਪਾਸੇ ਮਚੇ ਹੱਲ ਚੱਲ ਮਿੱਤਰੋ, ਸਮੇਂ ਸਮੇਂ ਦੀ ਹੀ ਸਮੇਂ ਸਮੇਂ ਦੀ ਹੁੰਦੀ ਹੈ ਸਾਰੀ ਗੱਲ ਮਿੱਤਰੋ, ਸਮੇਂ ਸਮੇਂ ਦੀ ਹੀ ਕਿਸੇ ਨੂੰ ਵੀ ਪੁੱਛੋ ਮੇਰੇ ਮੇਲ ਨਹੀਂ ਪੱਲਦਾ, ਬੰਦਾ ਸੋਚੇ ਮੇਰੇ ਮੇਲ ਕੰਮ ਨਹੀਂ ਚੱਲਦਾ, ਕਿਸੇ ਨੂੰ ਵੀ ਪੁੱਛੋ ਮੇਰੇ ਮੇਲ ਨਹੀਂ ਪੱਲਦਾ, ਬੰਦਾ ਸੋਚੇ ਮੇਰੇ ਮੇਲ ਕੰਮ ਨਹੀਂ ਚੱਲਦਾ, ਰਾਜ ਛੱਡ ਕੰਮ ਧੰਦਾ ਫੇਰ ਟੋਲ ਚੱਲਦਾ ਬੰਦਾ, ਛੱਡ ਕੰਮ ਧੰਦਾ ਛੱਡ ਟੋਲ ਚੱਲਦਾ ਬੰਦਾ, ਡਾਡਾ ਦੇਦਾ ਇਸ ਲਈ ਹਾਜ਼ਰ ਨਾ ਪੱਲ ਮਿੱਤਰੋ, ਸਮੇਂ ਸਮੇਂ ਦੀ ਸਮੇਂ ਸਮੇਂ ਦੀ ਹੁੰਦੀ ਹੈ ਸਾਰੀ ਗੱਲ ਮਿੱਤਰੋ, ਸਮੇਂ ਸਮੇਂ ਦੀ ਸਮੇਂ ਸਮੇਂ ਦੀ ਹੁੰਦੀ ਹੈ ਸਾਰੀ ਗੱਲ ਮਿੱਤਰੋ, ਸਮੇਂ ਸਮੇਂ ਦੀ ਬਹੁਤ ਅੱਛੇ ਵੈਰੀ ਗਾਈ ਬਹੁਤ ਅੱਛੇ ਵੈਰੀ ਗਾਈ।
ਮੇਰੇ ਬਹੁਤ ਸਾਰੇ ਦੋਸਤ ਇਸੇ ਕਰਕੇ ਘੱਟ ਗਏ ਗੱਲ ਲਾਓ ਮਿੱਟੇ ਦਾ ਅਗਲਾ ਖੜਾ ਮਿੱਟੇ ਠੀਕ ਹੈ ਇਹਨਾਂ ਦਾ ਖਾਸ ਬਣਿਆ ਕਿ ਗੱਲ ਰਿਲੇ ਵਿੱਚ ਨਹੀਂ ਰੱਖਦੇ ਅੰਦਰੋਂ ਅੰਦਰ ਨਹੀਂ ਰਹਿੰਦੇ ਸਿੱਧਾ ਨਾਮ ਦੀ ਨਾਲ ਹੀ ਅਗਲੇ ਦਾ ਹਿਸਾਬ ਕਿਤਾਬ ਪੂਰਾ ਕਰਨਾ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਕੋਲ ਟਾਈਮ ਕਿੰਨਾ ਗਿਆ ਜਿੰਨਾ ਤੁਹਾਨੂੰ ਚਾਹੀਦਾ ਸਾਡੇ ਕੋਲ ਵੀਕਐਂਡ ਹੈ ਜੀ ਜਿੰਨਾ ਤੁਹਾਨੂੰ ਟਾਈਮ ਚਾਹੀਦਾ ਆਪਣੇ ਕੋਲ ਹੈਗਾ ਤੁਸੀਂ ਆਪਣੇ ਸਾਰੇ ਬੰਦਿਆਂ ਨੂੰ ਸਾਰੇ ਸਾਥੀਆਂ ਨੂੰ ਭੁਗਤਾ ਦਿਓ ਤੇ ਆਪਾਂ ਨੂੰ ਟਾਈਮ ਦੀ ਕੋਈ ਸਮੱਸਿਆ ਨੀ ਜੇ ਤੁਹਾਨੂੰ ਹੋਰ ਚਾਹੀਦਾ ਹੋਰ ਟਾਈਮ ਲੈ ਲਓ ਆਪਾਂ ਨੂੰ ਟਾਈਮ ਦੀ ਕੋਈ ਸਮੱਸਿਆ ਨਹੀਂ ਹੈ ਤੁਸੀਂ ਆਪਣੇ ਦੇਖੋ ਪੰਜਾਬੀ ਮੰਚ ਯੂਐਸਏ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸਭਾ ਦੇ ਵੱਲੋਂ ਵੀ ਜਿਹਨਾਂ ਨੇ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ ਆਪਣੇ ਪ੍ਰੋਗਰਾਮ ਦੇ ਵਿੱਚ ਟਾਈਮ ਦਿੱਤਾ ਸਾਨੂੰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਟੀਵੀ ਤੇ ਵੀ ਆਵਾਂਗੇ ਪਰ ਲੱਗਦਾ ਵੀ ਤੁਹਾਡਾ ਬੜਾ ਨਹੀਂ ਤੁਸੀਂ ਡਿਜ਼ਾਇਨ ਕਰਦੇ ਹੋ ਆਪਣਾ ਘਰ ਚੱਲਦੀ ਹੈ ਨਾ ਕੰਮ ਇਹ ਇਦਾਂ ਗਾਏ ਗਵਾਏ ਹੁੰਦਾ ਹੀ ਰਿਹਾ ਜਦੋਂ ਕੰਮ ਕਦੇ ਗੋਸ਼ਟੀ ਹੋ ਗਈ ਕਦੇ ਕਵੀ ਦਰਬਾਰ ਹੋ ਗਿਆ ਰਾਈਟ ਅਸੀਂ ਪਿੱਛੇ ਜਿਹੇ ਦੋ ਚਾਰ ਗੋਸ਼ਟੀਆਂ ਵੀ ਕਰ ਚੁੱਕੇ ਹਾਂ ਪੰਜਾਬ ਚ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਜਿਹੜਾ ਧੀਆਂ ਨੂੰ ਮਾਰਨ ਦਾ ਦੌਰ ਚੱਲ ਰਿਹਾ ਦਾਜ ਦਹੇਜ ਦਾ ਦੌਰ ਚੱਲ ਰਿਹਾ ਅਸੀਂ ਕਾਫੀ ਸਾਰੀਆਂ ਗੋਸ਼ਟੀਆਂ ਵੀ ਕਰ ਚੁੱਕੇ ਹਾਂ ਇਹ ਖਾਤਾ ਛੱਡ ਕੇ ਕਰਦੇ ਹੁੰਦੇ ਆ ਉਤੋਂ ਪੰਜਾਬ ਵਾਲੇ ਸਾਥੀ ਨਾਲ ਸ਼ਾਮਿਲ ਹੋ ਜਾਂਦੇ ਹੁੰਦੇ ਆ ਸੋ ਤੁਸੀਂ ਵੀ ਹੁਣ ਸ਼ਾਮਿਲ ਹੋਇਆ ਕਰੋਗੇ ਆਪਣਾ ਹੁਣ ਕੰਮ ਚੱਲਦੇ ਰਹਿਣਾ ਹੈ ਹਾਂਜੀ ਮੇਰੇ ਜਿਸਮ ਵਿੱਚ ਰੂਹ ਫੂਕਦੇ ਨੇ ਮੇਰੇ ਖਤ ਮੇਰੇ ਜਿਸਮ ਵਿੱਚ ਰੂਹ ਫੂਕਦੇ ਨੇ ਮੇਰੇ ਖਤ ਬਣ ਹਵਾ ਸਾਹਾਂ ਵਿੱਚ ਛੂਕਦੇ ਨੇ ਮੇਰੇ ਖਤ ਬਣ ਹਵਾ ਸਾਹਾਂ ਵਿੱਚ ਛੂਕਦੇ ਨੇ ਮੇਰੇ ਖਤ ਨੈਣਾਂ ਦੀ ਝਾਕ ਸਦਾ ਮੂਹੇ ਵੱਲ ਹੁੰਦੀ ਨੈਣਾਂ ਦੀ ਝਾਕ ਸਦਾ ਮੂਹੇ ਵੱਲ ਹੁੰਦੀ ਬੜੀ ਬੇਸਬਰੀ ਨਾਲ ਉਡੀਕਦੇ ਨੇ ਮੇਰੇ ਖਤ ਬੜੀ ਬੇਸਬਰੀ ਨਾਲ ਉਡੀਕਦੇ ਨੇ ਮੇਰੇ ਖਤ ਸੋਚਾਂ ਦੀ ਲੜੀ ਚੱਲਦੀ ਚੱਲਦੀ ਰੁਕ ਜਾਂਦੀ ਸੋਚਾਂ ਦੀ ਲੜੀ ਚੱਲਦੀ ਚੱਲਦੀ ਰੁਕ ਜਾਂਦੀ ਫੜ ਮੈਨੂੰ ਕੰਨੀਓ ਧਰੀਕਦੇ ਨੇ ਤੇਰੇ ਖਤ ਫੜ ਮੈਨੂੰ ਕੰਨੀਓ ਧਰੀਕਦੇ ਨੇ ਤੇਰੇ ਖਤ ਰਾਤਾਂ ਕਾਲੀਆਂ ਠੱਕੇ ਦੀ ਆਵਾਜ਼ ਲੱਲੇ ਰਾਤਾਂ ਕਾਲੀਆਂ ਠੱਕੇ ਦੀ ਆਵਾਜ਼ ਲੱਲੇ ਚੱਕੀ ਹਿਜਰਾਂ ਦੀ ਵਿੱਚ ਪੀਸਦੇ ਨੇ ਤੇਰੇ ਪੜ੍ਹਦਿਆਂ ਅਸ਼ਕਾਂ ਦਾ ਵਹਿਣ ਵਹਿ ਉੱਠਦਾ ਪੜ੍ਹਦਿਆਂ ਅਸ਼ਕਾਂ ਦਾ ਵਹਿਣ ਵਹਿ ਉੱਠਦਾ ਵਾਗ ਮਾਰੂ ਖਾਲਦੇ ਚੂਹਦੇ ਨੇ ਤੇਰੇ ਖਤ ਵੈਰੀ ਗੁੱਡ ਚਾਲ ਮੇਰੀ ਗੁਰਲਾਮ ਦੀ ਚਾਲ ਮੇਰੀ ਜਿੰਦ ਗੁਰਲਾਮ ਦੀ ਦੇ ਗਵਾਹ ਜੋ ਬਾਬਾ ਦੀ ਕਹਾਣੀ ਨੂੰ ਕੂਕਦੇ ਨੇ ਤੇਰੇ ਖਤ ਵੈਰੀ ਗੁੱਡ ਬਾਬਾ ਦੀ ਕਹਾਣੀ ਨੂੰ ਕੂਕਦੇ ਨੇ ਤੇਰੇ ਖਤ ਮੇਰੇ ਜਿਸਮ ਵਿੱਚ ਰਾਹ ਕੂਕਦੇ ਨੇ ਤੇਰੇ ਖਤ ਬਣ ਹਵਾ ਸਾਹਾਂ ਵਿੱਚ ਛੂਕਦੇ ਨੇ ਤੇਰੇ ਖਤ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਜੀ ਬਹੁਤ ਅੱਛੇ ਚਾਲ ਸਾਹਿਬ ਵੈਰੀ ਗੁੱਡ ਸੋ ਕੰਕ ਸਾਹਿਬ ਮੈਂ ਇੱਕ ਵਾਰ ਦੁਬਾਰਾ ਫਿਰ ਆਪਣੀ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਰੇ ਸਮੂਹ ਮੈਂਬਰਾਂ ਵੱਲੋਂ ਆਪ ਜੀ ਦਾ ਪੰਜਾਬੀ ਮੰਚ ਟੀਵੀ ਯੂਐਸਏ ਦਾ ਤੇ ਆਪ ਜੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਸਾਨੂੰ ਔਰ ਸਾਡੀ ਸਭਾ ਨੂੰ ਆਪਣੇ ਟੀਵੀ ਤੇ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਪੇਸ਼ ਕੀਤਾ ਹੈ ਸੋ ਜੋ ਤੁਸੀਂ ਕੋਸ਼ਿਸ਼ ਸਤ ਸਮੁੰਦਰੋਂ ਪਾਰ ਰਹਿ ਕੇ ਪੰਜਾਬੀ ਬੋਲੀ ਦੇ ਨਾਲ ਲੋਕਾਂ ਨੂੰ ਜੋੜਨ ਦੀ ਕਰ ਰਹੇ ਹੋ ਇਸਦੇ ਵਾਸਤੇ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਕਿਸ ਤਰ੍ਹਾਂ ਆਪ ਜੀ ਨੂੰ ਇਹ ਆਖਾਂ ਕਿ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਅੱਜ ਲੋੜ ਹੈ ਪੰਜਾਬੀ ਬੋਲੀ ਨੂੰ ਬਚਾਉਣ ਦੀ
ਜੇਕਰ ਪੰਜਾਬੀ ਬੋਲੀ ਬਚੂਗੀ ਤਾਂ ਅਸੀਂ ਬਚ ਸਕਦੇ ਹਾਂ, ਨਹੀਂ ਤਾਂ ਪੰਜਾਬੀ ਹੋਰ ਵੀ ਕਿਸੇ ਨਾਲ ਖਤਮ ਹੋ ਜਾਵੇਗੀ। ਇਸ ਕਰਕੇ ਸਾਨੂੰ ਐਸੇ ਉਪਰਾਲੇ ਕਰਦੇ ਰਹਿਣਾ ਚਾਹੀਦਾ। ਇਸਦੇ ਨਾਲ ਨਾਲ ਮੈਂ ਆਪਣੇ ਦੋਸਤਾਂ ਦੇ ਵੱਲੋਂ, ਆਪਣੀ ਸਭਾ ਦੇ ਵੱਲੋਂ ਸੁਣਨ ਵਾਲੇ ਆਪ ਜੀ ਦੇ ਲਿਖਦੇ ਸਰੋਤਿਆਂ ਨੂੰ ਵੀ ਬੇਨਤੀ ਕਰਨਾ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਪੰਜਾਬੀ ਬੋਲੀ ਨਾਲ ਜੋੜੋ, ਪੰਜਾਬੀ ਬੋਲੀ ਬੋਲਿਆ ਕਰੋ, ਊਣੇ ਐਣੇ ਦੀ ਲਿਖਾਈ ਲਿਖਾਇਆ ਕਰੋ, ਪੜ੍ਹਾਇਆ ਕਰੋ, ਤਾਂ ਕਿ ਬੱਚੇ ਪੰਜਾਬੀ ਬੋਲੀ ਪੜ੍ਹ ਕੇ ਪੰਜਾਬੀ ਦੇ ਇਤਿਹਾਸ ਬਾਰੇ, ਸਾਡੀ ਗੁਰਬਾਣੀ ਦੇ ਇਤਿਹਾਸ ਬਾਰੇ, ਪੰਜਾਬ ਦੇ ਇਤਿਹਾਸ ਦੇ ਬਾਰੇ ਪੜ੍ਹ ਸਕਣ, ਆਪਣੇ ਆਪ ਦੇ ਮਾਣ ਕਰ ਸਕਣ। ਅਸੀਂ ਪੰਜਾਬੀ ਹਾਂ ਤੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਹੋਵੇ ਕਿ ਜਦੋਂ ਕਿਸੇ ਦੇ ਨਾਲ ਗੱਲ ਕਰਨ ਉਹ ਆਪਣੇ ਹਿੱਕ ਲਾਣ ਕੇ ਆਖ ਸਕਣ ਕਿ ਅਸੀਂ ਪੰਜਾਬੀ ਹਾਂ। ਔਰ ਸਾਡਾ ਵਿਸਲਾ ਸਾਨੂੰ ਇਹ ਵੀ ਆਖਦਾ ਹੈ, ਸਾਨੂੰ ਕਹਿੰਦਾ ਹੈ ਕਿ ਅਸੀਂ ਬਾਹਰ ਜਾ ਕੇ ਵੀ ਆਪਣੀ ਪੰਜਾਬੀ ਨੂੰ, ਆਪਣੀ ਪੰਜਾਬੀ ਨੂੰ ਸਦਾ ਜਿੰਦਾ ਰੱਖੀਏ। ਮੈਂ ਇਹਨਾਂ ਸ਼ਬਦਾਂ ਦੇ ਨਾਲ ਸ਼ਮਾ ਦਾ ਜਾਗਰ ਹੁੰਦਾ ਹਾਂ, ਹੋਰ ਅੱਗੇ ਤੋਂ ਵੀ ਆਪ ਜੀ ਦੇ ਨਾਲ ਸਦਾ ਜੁੜਦੇ ਰਹਾਂਗੇ। ਸੋ ਆਪ ਜੀ ਦਾ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਸਾਹਿਤ ਸੁਰ ਸੰਗਮ ਸਭਾ ਦੀ ਸਾਰੀ ਟੀਮ ਦੇ ਵੱਲੋਂ ਦੁਬਾਰਾ ਫਿਰ। ਥੈਂਕ ਯੂ ਚਾਹ ਸਾਹਿਬ। ਮੈਂ ਵੀ ਆਖਿਰ ਦੇ ਵਿੱਚ ਆਪਣੇ ਵੱਲੋਂ ਪਰਸਨਲ ਤੌਰ ਤੇ ਪੰਜਾਬੀ ਮੰਚ ਲਾਈਵ USA ਵੱਲੋਂ ਚਾਹ ਸਾਹਿਬ ਦਾ, ਖਾਸ ਕਰਕੇ ਜਿਹਨਾਂ ਨੇ ਉਪਰਾਲਾ ਕੀਤਾ ਤੇ ਪੰਜਾਬੀ ਤੁਹਾਡੀ ਜਿਹੜੀ ਸਭਾ ਹੈ ਸਾਹਿਤ ਸੁਰ ਸੰਗਮ ਸਭਾ ਇਟਲੀ, ਤੁਹਾਡੀ ਸਾਰੀ ਸਭਾ ਦਾ, ਸਾਹਿਤ ਸੁਰ ਸੰਗਮ ਸਭਾ ਇਟਲੀ ਸਾਰੀ ਤੁਹਾਡੀ ਸਭਾ ਦਾ ਧੰਨਵਾਦ ਕਰਦਾ। ਤੇ ਅਗਾਂਹ ਤੋਂ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਵੇਲੇ ਕਵੇਲੇ ਇਸ ਤਰ੍ਹਾਂ ਟਾਈਮ ਕੱਢ ਕੇ ਜਦੋਂ ਵੀ ਤੁਹਾਡਾ ਤੁਹਾਨੂੰ ਮੌਕਾ ਮਿਲੇ ਤੇ ਉਸ ਵੇਲੇ ਮੈਸੇਜ ਭੇਜ ਦਿਆ ਕਰੋ, ਤੇ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਇਹ ਜਿਹੜੇ ਪ੍ਰੋਗਰਾਮ ਹੈ ਜਿਹੜੇ ਅਸੀਂ ਪ੍ਰੋਗਰਾਮ ਦਿੰਦੇ ਰਹਿੰਦੇ ਹਾਂ, ਕਦੇ ਕਵੀ ਦਰਬਾਰ ਦਾ ਤੇ ਕਦੇ ਗੋਸ਼ਟੀ ਦਾ, ਉਹਦੇ ਵਿੱਚ ਤਾਂ ਕਿ ਤੁਸੀਂ ਸ਼ਾਮਿਲ ਹੁੰਦੇ ਰਹੋ, ਕਿਉਂਕਿ ਤੁਸੀਂ ਵੀ ਕਾਫੀ ਵੱਡਾ ਉਪਰਾਲਾ ਕਰ ਰਹੇ ਹੋ, ਲੇਕਿਨ ਉਸ ਉਪਰਾਲੇ ਨੂੰ ਬ੍ਰੌਡਕਾਸਟ ਕਰਨਾ, ਪ੍ਰਸਾਰਿਤ ਕਰਨਾ, ਲੋਕਾਂ ਤੱਕ ਲਿਜਾਣਾ, ਵਰਲਡ ਲੈਵਲ ਤੇ ਲੋਕਾਂ ਤੱਕ ਲਿਜਾਣਾ, ਉਹ ਵੀ ਜ਼ਰੂਰੀ ਆ। ਬੇਸ਼ੱਕ ਤੁਸੀਂ ਆਪਣੇ ਤੌਰ ਤੇ ਕਾਫੀ ਕੋਸ਼ਿਸ਼ ਕਰਦੇ ਹਾਂ, ਪਰ ਜੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਥੋੜਾ ਹੌਸਲਾ ਅਫਜਾਈ ਕਰਾਂਗੇ ਤੁਹਾਡਾ, ਉਹਦੇ ਨਾਲ ਹੋਰ ਵੀ ਇਹ ਗੱਲ ਮਲਟੀਪਲਾਈ ਹੋ ਜਾਂਦੀ ਹੈ, ਤੇ ਮਲਟੀਪਲੀਕੇਸ਼ਨ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਿੰਨਾ ਪਤਾ ਲੱਗੇ ਉਨੀ ਚੰਗੀ ਗੱਲ ਹੈ। ਸੋ ਮੈਂ ਵੀ ਆਖਿਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬੀ ਮੰਚ ਵੱਲੋਂ, ਤੇ ਆਪਣੇ ਤੌਰ ਤੇ ਪਰਸਨਲ ਤੌਰ ਤੇ ਵੀ ਤੁਹਾਡਾ ਧੰਨਵਾਦ ਕਰਦਾ, ਤੇ ਬਾਕੀ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਅੱਜ ਸ਼ਾਮ ਨੂੰ ਅਸੀਂ ਕਵੀ ਦਰਬਾਰ ਦਾ ਪ੍ਰੋਗਰਾਮ ਫਿਰ ਕਰ ਰਹੇ ਹਾਂ, ਜਿਹਦੇ ਵਿੱਚ ਕਿ ਪੰਜਾਬ ਤੋਂ ਪੰਜਾਬੀ ਸਾਧ ਸਭਾ ਰਾਮਾ ਮੰਡੀ ਦੇ ਦੋਸਤ ਸਾਡੇ ਨਾਲ ਸ਼ਾਮਿਲ ਹੋਣਗੇ, ਤੇ ਉਦੋਂ ਤੱਕ ਆਗਿਆ ਦਿਓ। ਓਕੇ, ਰੱਬ ਰੱਖਾ, ਥੈਂਕ ਯੂ, ਥੈਂਕ ਯੂ ਚਾਲ ਸਾਹਿਬ, ਹਾਂ ਵਾਹਿਗੁਰੂ ਜੀ ਕੀ ਫਤਿਹ, ਥੈਂਕ ਯੂ, ਧੰਨਵਾਦ, ਓਕੇ, ਥੈਂਕ ਯੂ।